ਕੋ ਮੇਰੀ ਹੈ ਆਪਣਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨਾ ਜਾਣ ਤੈ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਿਆ ਜਾਣ ਕਿਵ ਮਰਹਗੇ ਕੈਸਾ ਮਰਨਾ ਹੋਏ ਜੇ ਕਰ ਸਾਹਿਬ ਮਨੋ ਨਾ ਵਿਸਰੈ ਤ ਸਹਲਾ ਮਰਨਾ ਹੋਇ ਸੇਵਕ ਕੀ ਓੜਕ ਨਿਭਈ ਪ੍ਰੀਤ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤਨਾ ਘਾਲਿਓ ਨਾਮ ਰਤਨਾ ਗੁਨਾਹਰ ਬਣ ਜੇ ਲਾਦ ਵਖਰ ਲੈ ਚੱਲਿਓ ਸੇਵਕ ਕੀ ਓੜਕ ਨਿਭਹੀ ਪੀਤ ਜੀਵਤ ਸਾਹਿਬ ਸੇਵਿਓ ਆਪਣਾ ਜਲ ਤੇ ਰਾਖੇ ਉਚੀਤ ਜੋ ਜੋ ਹੁਕਮ ਪਇਓ ਸਾਹਿਬ ਕੋ ਸੋ ਮਥਲੇ ਮੰਨਿਓ ਆਗਿਆ ਮਹਿ ਪੂਰਖ ਸੋਈ ਕਰ ਸੁਖਾ ਜੇ ਭੁਖ ਦੇਹ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਆਗਿਆ ਮੈਂ ਭੁਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਉ ਜੋ ਜੋ ਹੁਕਮ ਬਿਓ ਸਾਹਿਬ ਕੋ ਸੋ ਮਾਥਲੇ ਮੰਨਿਉ ਸੇਵਕ ਕੀ ਓੜਕ ਨਿਭਹੀ ਪ੍ਰੀਤ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜਾ ਹੀਰਾ ਕਿਸ ਕਾ ਬਾਪੜਾ ਪੁਜੇ ਨ ਰਤਨ ਕਰੋੜਾ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਸੱਚੀ ਦਰਗਾ ਜਾਏ ਸੱਚਾ ਪਿੜ ਮੱਲਿਆ ਗੁਰਮੁਖ ਸਦੇ ਜਾਨ ਆਵਣ ਕੱਲਿਆ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਉ ਮਨ ਮ੍ਰਿਤਿ ਨੂੰ ਹੋਰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰਨ ਲਈ ਸਭ ਇੱਕ ਵਾਰ ਬੜੇ ਪਿਆਰ ਨਾਲ ਆਖੋ ਤਨ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੱਜ ਜਿਨ੍ਹਾਂ ਦੇ ਭੋਗ ਤੇ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਸ਼ਾਮਲ ਹੋਣ ਵਾਸਤੇ ਇਕੱਤਰ ਹੋਏ ਆਂ ਸੰਤ ਗੁਰਬਚਨ ਸਿੰਘ ਹਾਰਣੀਆਂ ਜਿਹੜੇ ਆਪਣੇ ਸਤਿਗੁਰ ਵੱਲੋਂ ਦਿੱਤੀ ਹੋਈ ਆਜੂ ਨੂੰ ਭੋਗ ਕੇ ਸਵੰਸਾਂ ਦੀ ਪੂੰਜੀ ਨੂੰ ਸਮਾਪਤ ਕਰਕੇ ਪਿਛਲੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਦੋ ਚੀਜ਼ਾਂ ਗੁਰੂ ਦੇ ਰੱਬ ਦੇ ਹੱਥ ਵਿੱਚ ਨੇ ਇੱਕ ਜੰਮਣਾ ਤੇ ਦੂਜਾ ਮਰਨਾ ਜਿੱਦਣ ਬੰਦੇ ਨੇ ਜਨਮ ਲੈਣਾ ਸੀ ਬੜੇ ਉਹਦੇ ਵਿਰੋਧੀ ਸ਼ਰੀਕ ਵੈਰੀ ਈਰਖਾ ਕਰਨ ਵਾਲੇ ਕਈ ਮੌਜੂਦ ਸਨ ਪਰ ਜਦੋਂ ਮਾਂ ਨੂੰ ਪਤਾ ਲੱਗਾ ਵੀ ਬੱਚੇ ਦਾ ਜਨਮ ਲੈਣ ਦਾ ਸਮਾਂ ਆ ਗਿਆ ਬੱਚੇ ਨੇ ਜਨਮ ਲੈ ਹੀ ਲਿਆ ਜਦੋਂ ਸਮਾਂ ਆਇਆ ਕੋਈ ਰੋਕ ਨਹੀਂ ਸਕਿਆ ਡੱਕ ਨਹੀਂ ਸਕਿਆ ਜਾਂ ਕੋਈ ਕਹ ਦੇ ਮਾਂ ਨੂੰ ਪਿਤੂ ਬੱਚੇ ਨੂੰ ਜਨਮ ਨਾ ਦੇ ਐਦਾਂ ਨਹੀਂ ਹੋ ਸਕਦਾ ਜਦੋਂ ਵਕਤ ਆਇਆ ਬੱਚੇ ਦੇ ਜਨਮ ਲੈਣ ਦਾ ਉਹਨੇ ਜਨਮ ਲੈ ਹੀ ਲਿਆ ਇਸੇ ਤਰ੍ਹਾਂ ਗੁਰਮਖੋ ਜਦੋਂ ਜਾਣ ਦਾ ਸਮਾਂ ਆਇਆ ਦੁਨੀਆ ਤੋਂ ਧੀਆਂ ਪੁੱਤਰ ਵੀ ਲੱਗੇ ਸਨ ਸੱਜਣ ਮਿੱਤਰ ਰਿਸ਼ਤੇਦਾਰ ਸਕੇ ਸੰਬੰਧੀ ਵੀ ਕੋਲ ਸਨ ਬ੍ਰੇਮ ਪਿਆਰ ਕਰਨ ਵਾਲੇ ਹਿਤੂ ਡਾਕਟਰ ਵੈਦ ਸਾਰੇ ਸਾਧਨ ਮੌਜੂਦ ਸਨ ਪਰ ਜਦੋਂ ਜਾਣ ਦਾ ਸਮਾਂ ਆਇਆ ਉਦੋਂ ਵੀ ਬੰਦਾ ਚਲੇ ਗਿਆ ਕੋਈ ਉਹਨੂੰ ਰੋਕ ਨਹੀਂ ਸਕਿਆ ਇਹ ਦੋ ਚੀਜ਼ਾਂ ਗੁਰੂ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਬਾਬਾ ਫਰੀਦ ਤਾਂ ਇਹ ਬਚਨ ਕਰਦੇ ਹਨ ਕਿ ਜਦਨ ਬੰਦੇ ਨੇ ਜਨਮ ਲਿਆ ਜਦਨ ਮਾਤਾ ਦੇ ਗਰਭ ਚ ਪਰਵੇਸ਼ ਕੀਤਾ ਉਦਨ ਹੀ ਲਿਖ ਕੇ ਕਲ ਦਿੱਤਾ ਰੱਬ ਨੇ ਵੀ ਕਿੰਨੇ ਦਿਨ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਮਿੰਟ ਸਕਿੰਟ ਤੱਕ ਵੀ ਇਹ ਬੰਦਾ ਜਿਹੜਾ ਇਹਦਾ ਜੀਵਨ ਧਰਤੀ ਤੇ ਰਹੇਗਾ ਤੇ ਮੁੜ ਕੇ ਇਹਨੂੰ ਵਾਪਸ ਬੁਲਾ ਲਿਆ ਜਾਏਗਾ ਬਾਬਾ ਫਰੀਦ ਜੀ ਫਰਮਾਉਂਦੇ ਨੇ ਜਿੱਤ ਦਿਹਾੜਾ ਧਨ ਵਰੀ ਸਾਹ ਲੈ ਲਖਾਇ ਧਨ ਦਾ ਮਤਲਬ ਉਹਦਾ istri ਹੁੰਦਾ ਵਰੀ ਦਾ ਮਤਲਬ ਵਿਆਹ ਸਾਹਾ ਜਦੋਂ ਪੱਕਾ ਕੀਤਾ ਗਿਆ ਜਿਵੇਂ ਧੀਆਂ ਦਾ ਬੱਚੀਆਂ ਕੁੜੀਆਂ ਦਾ ਵਿਆਹ ਆਪਾਂ ਰੱਖੀਏ ਤੇ ਦਿਨ ਮਿਥ ਲਈਦਾ ਵੀ ਐਸ ਦਿਨ ਫੇਰੇ ਆਨੰਦ ਕਾਰਜ ਹੋਣਾ ਆ ਉਸ ਦਿਨ ਫਿਰ ਮੁੰਡਾ ਵਿਆਹਣ ਵਾਸਤੇ ਆ ਜਾਂਦਾ ਕਹਿੰਦੇ ਜਿਹੜੀ ਜਿੰਦ ਆ ਨਾ ਇਹ ਵਉਟੀ ਆ ਤੇ ਜਿਹੜਾ ਉਹ ਪਰਮੇਸ਼ਰ ਇਹਨੂੰ ਵਿਆਹਣ ਵਾਸਤੇ ਜਿੱਦਣ ਫਿਰ ਲਿਖਿਆ ਹੁੰਦਾ ਪੀ ਐਸ ਦਿਨ ਆਉਣਾ ਜਿੱਤ ਦਿਹਾੜਾ ਧਨਵਰੀ ਸਾਹੇ ਲੈ ਲਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਲਿਆਏ ਜਿਹੜਾ ਮਾਲਕ ਕੰਨਾਂ ਨਾ ਸੁਣੀਂਦਾ ਉਹ ਫੇਰ ਆਣ ਕੇ ਚਿਹਰਾ ਦਰਸ਼ਨ ਦੇਂਦਾ ਮੂੰਹ ਵਿਖਾਉਂਦਾ ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੋ ਕੜਕਾਈ ਜਿੰਦ ਵਉਟੀ ਮਰਨ ਵਾਰ ਲੈ ਜਾਸੀ ਪਰਨਾਇ ਪਰਨਾ ਕੇ ਫਿਰ ਲੈ ਜਾਂਦੇ ਅਸਮਾ ਆ ਜਾਂਦਾ ਉਹ ਕੜੀਆਂ ਆ ਜਾਂਦੀਆਂ ਵੀ ਚਲੋ ਚੱਲੀਏ ਉਦਾਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਬਚਨ ਮੈਨੂੰ ਯਾਦ ਆਇਆ ਸਤਗੁਰ ਫਰਮਾਉਂਦੇ ਨੇ ਮਰਦਾ ਨਹੀਂ ਕੋਈ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਫਲਾਣਾ ਸਿੰਘ ਮਰ ਗਿਆ ਉਹ ਮਰ ਗਿਆ ਗੁਰੂ ਅਰਜਨ ਦੇਵ ਕਹਿੰਦੇ ਇਹ ਤੁਹਾਡਾ ਭੁਲੇਖਾ ਵਾ ਤੁਹਾਡਾ ਅਗਿਆਨ ਹੈ ਤੁਹਾਨੂੰ ਪਤਾ ਨਹੀਂ ਹੈਗਾ ਬੰਦਾ ਮਰਦਾ ਨਹੀਂ ਕੋਈ ਕਿਸੇ ਸਿੱਖ ਨੇ ਆਖਿਆ ਸੱਚੇ ਪਾਤਸ਼ਾਹ ਸਾਡੇ ਨਾਲ ਗੱਲਾਂ-ਬਾਤਾਂ ਕਰਦਾ ਸੀ ਬੈੰਦਾ ਉੱਠਦਾ ਸੀ ਅਸੀਂ ਜਾਂਦੇ ਆਉਂਦੇ ਮਿਲਦੇ ਗਿਲਦੇ ਸਾਂ ਤੇ ਹੁਣ ਉਹ ਚਲੇ ਗਿਆ ਅਸੀਂ ਆਪਣੇ ਹੱਥਾਂ ਨਾਲ ਸਸਕਾਰ ਕਰਕੇ ਆਏ ਆ ਤੇ ਤੁਸੀਂ ਕਹਿੰਦੇ ਜੇ ਬੰਦਾ ਮਰਦਾ ਨਹੀਂ ਤੇ ਸਤਿਗੁਰਾਂ ਨੇ ਫਿਰ ਬੜੇ ਪਿਆਰ ਨਾਲ ਸਮਝਾਇਆ ਸਤਿਗੁਰ ਕਹਿੰਦੇ ਮਰਦਾ ਨਹੀਂਗਾ ਚਲੇ ਜਾਂਦਾ ਕਹਿੰਦੇ ਗਰੀਬ ਨਵਾਜੋ ਕਿਦਾਂ ਤੇ ਸਤਗੁਰ ਫਰਮਾਉਂਦੇ ਨੇ ਪਵਣੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰਉਣ ਆਰਾ ਕਵਨ ਟੇਕਾ ਪੰਜਾਂ ਤਤਾਂ ਤੋਂ ਸਰੀਰ ਬਣਿਆ ਸੀ ਪੰਜਾਂ ਤਤਾਂ ਤੋਂ ਮਿੱਟੀ ਮਿੱਟੀ ਚ ਮਿਲ ਗਈ ਮਰੀ ਨਹੀਂ ਹਵਾ ਹਵਾ ਚ ਮਿਲ ਗਈ ਆਕਾਸ਼ ਆਕਾਸ਼ ਵਿੱਚ ਮਿਲ ਗਿਆ ਪਾਣੀ ਪਾਣੀ ਵਿੱਚ ਅੱਗ ਅੱਗ ਵਿੱਚ ਮਰਿਆ ਕੁਝ ਨਹੀਂ ਤੇ ਆਤਮਾ ਤੇ ਉਦਾਂ ਕਦੇ ਮਰਦੀ ਨਹੀਂ ਇਹ ਤੇ ਹੈ ਹੀ ਪਰਮੇਸ਼ਰ ਦਾ ਅੰਸ਼ ਹੈ ਉਹ ਕਹਿੰਦੇ ਪੰਜਾਂ ਤਤਾਂ ਚ ਤਤ ਮਿਲ ਗਿਆ ਤੇ ਆਤਮਾ ਜਿਹੜੀ ਸੀ ਉਹ ਅੱਗੇ ਚਲੀ ਗਈ ਮਰੀ ਨਹੀਂ ਇਹ ਗੱਲ ਯਾਦ ਰੱਖਿਓ ਮਰੀ ਨਹੀਂ ਅੱਗੇ ਚਲੀ ਗਈ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਉ ਚਲਤ ਭਇਆ ਸਤਗੁਰ ਫਰਮਾਉਂਦੇ ਨੇ ਮਰਿਆ ਨਹੀਂ ਉਹ ਚਲੇ ਗਿਆ ਜਿਵੇਂ ਹੁਣੇ ਆਪਾਂ ਅਰਦਾਸ ਕਰਨੀ ਹੈ ਵੀ ਸੱਚੇ ਪਾਤਸ਼ਾਹ ਇੱਕ ਸਹਿਜ ਪਾਠ ਕੀਤਾ ਗਿਆ ਕਥਾ ਹੋਈ ਏ ਨਾਮ ਸਿਮਰਨ ਕੀਤਾ ਇਹ ਸਾਰੀ ਗੁਰਬਾਣੀ ਦਾ ਮਹਾਤਮ ਸੰਤ ਗੁਰਬਚਨ ਸਿੰਘ ਹੋਣਾ ਦੀ ਜੀਵ ਆਤਮਾ ਨੂੰ ਮਿਲੇ ਇਹਦਾ ਮਤਲਬ ਉਹ ਕਿਤੇ ਚਲੇ ਗਏ ਮਰੇ ਨਹੀਂ ਜੇ ਤੇ ਮਰ ਜਾਂਦੇ ਤੇ ਗੱਲ ਮੁੱਕ ਜਾਂਦੀ ਬਿਸਤਰਾ দান ਕੀਤਾ ਜਾਂਦਾ ਹੈ ਬਸਤਰ দান ਕੀਤੇ ਜਾਂਦੇ ਨੇ ਕਹਿੰਦੇ ਇਹਦਾ ਮਹਾਤਮ ਦਾਣ ਪੁੰਨ ਦਾ ਉਸ ਵਿਛੜੀ ਰੂਹ ਨੂੰ ਮਿਲ ਜਾਵੇ ਇਹਦਾ ਮਤਲਬ ਹੈ ਕਿ ਜਿਹਦੇ ਵਾਸਤੇ ਆਪਾਂ ਅਰਦਾਸ ਕਰਦੇ ਪਏ ਆ ਕਿ ਸੱਚੇ ਪਾਤਸ਼ਾਹ ਵਿਛੜੀ ਰੂਹ ਨੂੰ ਆਪਣੇ ਚਰਣਾ ਚ ਨਵਾਸ ਦਿਓ ਆਪਣੇ ਚਰਣਾ ਨਾ ਲਾ ਕੇ ਰੱਖਿਓ ਤੇ ਸਿੱਧਾ ਹੀ ਗੁਰਮਖੋ ਮਤਲਬ ਹੈ ਕਿ ਉਹ ਜਿਹੜੀ ਰੂਹ ਹੈ ਮਰੀ ਨਹੀਂ ਬੰਦਾ ਮਰਿਆ ਨਹੀਂ ਕਿਤੇ ਚਲੇ ਗਿਆ ਤੇ ਸਤਗੁਰ ਫਰਮਾਉਂਦੇ ਨੇ ਮਰਨ ਦੀ ਤੇ ਉਹ ਕਹਿੰਦੇ ਗੱਲ ਹੀ ਨਹੀਂ ਆਈਟੀ ਛੇਤੀ ਨਹੀਂ ਬੰਦਾ ਮਰਦਾ ਮਰਨ ਦੀ ਤੇ ਸਾਰੀ ਖੇਡ ਹੈ ਇਹ ਜਿੰਨੀ ਬਾਣੀ ਹੈ ਜਿੰਨਾ ਗੁਰਮਖੋ ਇਤਿਹਾਸ ਜਿੰਨੇ ਵੇਦ ਸ਼ਾਸਤਰ ਸਿਮਰਤियां ਪੁਰਾਣ ਇਹੋ ਹੀ ਤੇ ਗੱਲ ਸਿਖਾਉਂਦੇ ਨੇ ਕਿ ਮਰਿਆ ਕਿਦਾਂ ਜਾਂਦਾ ਕਿਸੇ ਤਰ੍ਹਾਂ ਸਾਨੂੰ ਮਰਨਾ ਆ ਜਾਏ ਗੁਰਬਾਣੀ ਪੜੋ ਉਹ ਕਹਿੰਦੇ ਮਰਦਾ ਮਰਦਾ ਜਗ ਮੁਆ ਮਰ ਪੈ ਨ ਜਾਣ ਕੋਈ ਦੁਨੀਆ ਮਰ ਗਈ ਮਰਦੀ ਮਰਦੀ ਪਰ ਕਿਸੇ ਨੂੰ ਮਰਨਾ ਨਹੀਂ ਆਇਆ ਵੀ ਮਰਿਆ ਕਿੱਦਾਂ ਜਾਂਦਾ ਐਸੀ ਮਰਣੀ ਜੋ ਮਰ ਬਹੁਰ ਨ ਮਰਨਾ ਹੋਏ ਮਰਨ ਦੀ ਜਾਂਚ ਨਹੀਂ ਕਹਿੰਦੇ ਆਉਂਦੀ ਮਰਿਆ ਨਹੀਂ ਜਾਂਦਾ ਜੇ ਬੰਦਾ ਮਰ ਜਾਏ ਫੇਰ ਤੇ ਜਨਮ ਮਰਨ ਆਉਣਾ ਜਾਣਾ ਚਰਾਸੀ ਦਾ ਚੱਕਰ ਇਹ ਤੇ ਸਾਰਾ ਕੁਝ ਖਤਮ ਹੋ ਜਾਏ ਕਹਿੰਦੇ ਨੇ ਬੰਦਾ ਜਿੰਨਾ ਚਿਰ ਜੀਦਾ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਕਈ ਜਨਮ ਸਾਲ ਗਿਰ ਕਰਿਆ ਬੜੇ ਜਨਮ ਬਹੁਤ ਜਨਮ ਬਿਸ਼ਰੇ ਥੇ ਮਾਦਾ ਇੱਕ ਜਗ੍ਹਾ ਮਹਾਰਾਜ ਫਰਮਾਉਂਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਪਤਾ ਨਹੀਂ ਕਿੰਨੇ ਕ ਜਨਮ ਇਦਾਂ ਨਹੀਂ ਗੁਰਮਖੋ ਬੰਦਾ ਮਰਦਾ ਆਉਣਾ ਜਾਣਾ ਲੱਗਿਆ ਰਹਿੰਦਾ ਇਹ ਆਤਮਾ ਨਹੀਂ ਮਰਦੀ ਸਤਿਗੁਰ ਕਹਿੰਦੇ ਨੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਜਿੰਨਾ ਚਿਰ ਤੂੰ ਹਮੈ ਨਹੀਂ ਨਾ ਛੱਡਦਾ ਤੇ ਕਬਰ ਨਹੀਂ ਛੱਡਦਾ ਖੁਦ ਹੀ ਨਹੀਂ ਤਿਆਗਦਾ ਆਪਣਾ ਆਪਾ ਨਹੀਂ ਭੇਟ ਕਰਦਾ ਉਹਨਾਂ ਚਿਰ ਮਰਿਆ ਨਹੀਂ ਜਾਣਾ ਜਿੱਦਨ ਮਰ ਗਿਆ ਉਦਨ ਗੱਲ ਬਣ ਜਾਏਗੀ ਜੀਵਤ ਜੀ ਮਰ ਜਾ ਜੀਂਦੇ ਜੀ ਸੋ ਗੁਰਮਖੋ ਪਿਆਰਿਓ ਸੰਤ ਗੁਰਬਚਨ ਸਿੰਘ ਹੋਣੀ ਗੁਰੂ ਘਰ ਦੇ ਸੇਵਕ ਤੇ ਗੁਰੂ ਘਰ ਦਾ ਸੇਵਕ ਹੋਣਾ ਗੁਰੂ ਘਰ ਸੇਵਾ ਕਰਨੀ ਇਹ ਇੱਕ ਬੜੀ ਵੱਡੀ ਗੱਲ ਹੈ ਇਹ ਬੜੀ ਭਾਗਾਾਂ ਵਾਲੀ ਗੁਰਮਖੋ ਗੱਲ ਹੈ ਸਤਗੁਰ ਫਰਮਾਉਂਦੇ ਨੇ ਸੇਵਾ ਕੀਤਿਆਂ ਕੀ ਹੁੰਦਾ ਇਹ ਸੇਵਾ ਜਿਹੜਾ ਬੰਦਾ ਗੁਰੂ ਘਰ ਕਰਦਾ ਹੈ ਸਾਧ ਸੰਗਤ ਦੀ ਸੇਵਾ ਕਰਦਾ ਹੈ ਉਹਨਾਂ ਨੂੰ ਮਿਲਦਾ ਕੀ ਹੈ ਤੇ ਮਹਾਰਾਜ ਕਹਿੰਦੇ ਨੇ ਪਾਸ਼ੰਕਰੋਤ ਅਗਰਣੀਵਾਹ ਨਿਰਾਸੰਗ ਆਸਪੂਰਣਹ ਜੇ ਕਿਸੇ ਨੇ ਮਰਨ ਦੀ ਜਾਚ ਸਿੱਖਣੀ ਹੈ ਨਾ ਜਿੰਦੇ ਜੀ ਸੇਵਾ ਕਰੇ ਸੇਵਾ ਦੇ ਨਾਲ ਹਮੈ ਮਰ ਜਾਏਗੀ ਮਨ ਨਿਰਮਲ ਹੋ ਜਾਏਗਾ ਸੇਵਾ ਕਰਨ ਦੇ ਨਾਲ تکبر ਖਤਮ ਹੋ ਜਾਏਗਾ ਜਦੋਂ ਮਨ ਦੀ ਖੁਦੀ ਮਿਟ ਗਈ ਫਿਰ ਤੈਨੂੰ ਕਿਸੇ ਦੇ ਅੰਦਰੋਂ ਵੱਡਾ ਛੋਟਾ ਵੈਰੀ ਮਿੱਤਰ ਦੁਸ਼ਮਣ ਬੇਗਾਨੇ ਨਜ਼ਰ ਨਹੀਂ ਆਉਣੇ ਇਹ ਚੀਜ਼ ਬਣਨੀ ਆ ਸੇਵਾ ਕਰਕੇ ਸੇਵਾ ਦੇ ਨਾਲ ਮਨ ਜਿਹੜਾ ਪਵਿੱਤਰ ਹੋ ਜਾਂਦਾ ਦਸਵੇਂ ਪਾਤਸ਼ਾਹ ਦਾ ਦਰਬਾਰ ਬڑے-ਬڑے ਸਿੱਖ ਪਿਆਰੇ ਸੀ ਸਾਧੂ ਸੰਤ ਭਜਨ ਬੰਦਗੀ ਕਰਨ ਵਾਲੇ ਜੰਗ ਵੀ ਹੁੰਦੇ ਰਹਿੰਦੇ ਸਨ ਲੜਾਈਆਂ ਵੀ ਹੁੰਦੀਆਂ ਸਨ ਕਿਸੇ ਦੀ ਡਿਊਟੀ ਸੀ ਤੀਰ ਲੈ ਕੇ ਆਉਣੇ ਆ ਕਿਸੇ ਦੀ ਡਿਊਟੀ ਸੀ ਵੀ ਘੋੜਿਆਂ ਨੂੰ ਜ਼ਖਮੀਆਂ ਨੂੰ ਵੇਖਣਾ ਘੋੜੇ ਲਜਾਣੇ ਦੇਣੇ ਆ ਕਿਸੇ ਦੀ ਡਿਊਟੀ ਸੀ ਵੀ ਬਾਰੂਦ ਗੋਲੀਆਂ ਨਾ ਮੁੱਕਣ ਉਹਦਾ ਧਿਆਨ ਰੱਖਣਾ ਕਿਸੇ ਨੂੰ ਆਖਿਆ ਸੀ ਵੀ ਕਾਇਲਾਂ ਨੂੰ ਫੱਟੜਾਂ ਨੂੰ ਚੁੱਕ ਕੇ ਲੈ ਕੇ ਜਾਣਾ ਇੱਕ ਗੁਰੂ ਦਾ ਪਿਆਰਾ ਸਿੱਖ ਸੀ ਉਹਦੀ ਡਿਊਟੀ ਲਈ ਸਤਗੁਰਾਂ ਨੇ ਵੀ ਤੂੰ ਜਿਹੜਾ ਵੀ ਕੋਈ ਪਾਣੀ ਧਾਣੀ ਮੰਗੇ ਪਿਆਸਾ ਹੋਵੇ ਤੂੰ ਉਹਨਾਂ ਨੂੰ ਪਾਣੀ ਪਿਆਈ ਜਾਈਂ ਕਹਿੰਦਾ ਜੀ ਸਤਿ ਬਚਨ ਜਦੋਂ ਵੀ ਕਦੇ ਜੰਗ ਲੱਗਦਾ ਜਾਂ ਜਿੱਥੇ ਵੀ ਪਾਣੀ ਦੀ ਲੋੜ ਹੁੰਦੀ ਉਹ ਪਾਣੀ ਪਿਆਈ ਜਾਂਦਾ ਮੁੱਕ ਜਾਂਦਾ ਫਿਰ ਪਰ ਕੇ ਲੈ ਆਉਂਦਾ ਮਸ਼ਕ ਵਿੱਚ ਫਿਰ ਪਾਣੀ ਪਿਆਈ ਜਾਂਦਾ ਮੁੱਕਦਾ ਫਿਰ ਜਾ ਕੇ ਲੈ ਆਉਂਦਾ ਸਾਰੀ ਦਿਹਾੜੀ ਤੁਪੇ ਛਾਵੇਂ ਉਹ ਸੇਵਾ ਨਿਰੰਤਰ ਕਰਦਾ ਰਹਿੰਦਾ ਤੇ ਮੂੰਹ ਦੇ ਵਿੱਚੋਂ ਬਾਣੀ ਪੜਦਾ ਜਾਂ ਨਾਮ ਜਪਦਾ ਜਾਂ ਉਹ ਬਾਣੀ ਪੜਦਾ ਤੇਰਾ ਕੀਆ ਮਿੱਠਾ ਲੱਗੈ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗਾ ਤੇਰਾ ਪਾਣਾ ਗਰੀਬ ਨਵਾਜ ਮੈਨੂੰ ਤੇਰੀ ਰਜਾ ਵਿੱਚ ਰਹਿਣਾ ਆਜੇ ਨਾਲੇ ਬਾਣੀ ਪੜਦਾ ਅੱਖਾਂ ਚੋਂ ਕਦੀ ਕਦੀ ਵੈਰਾਗ ਦੇ ਹੰਝੂ ਵਗਦੇ ਨਾਲੇ ਹੱਥਾਂ ਨਾਲ ਸੇਵਾ ਕਰਦਾ ਜਿਵੇਂ ਭਗਤ ਸਹਿਬਾਨ ਪਰਮਾਉਂਦੇ ਨੇ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਹੱਥਾਂ ਪੈਰਾਂ ਨਾ ਕੰਮ ਕਰ ਮਨ ਆਪਣਾ ਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖ ਹੱਥਾਂ ਨਾ ਸੇਵਾ ਕਰਦਾ ਤੇ ਰਸਨਾ ਚੋਂ ਬਾਣੀ ਪੜੀ ਜਾਂਦਾ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰਹੈ ਕਈ ਕੋਟ ਬਉ ਜੁਨੀ ਫਿਰਹੈ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈ ਚਿੰਤਾ ਜਾ ਜਾ ਪਾਣਾ ਤਤਹ ਰਖੈ ਨਾਨਕ ਸਬਕਿ ਪ੍ਰਭ ਕੈ ਹੱਥੈ ਗਰੀਬ ਨਵਾਜ਼ ਤੇਰੇ ਬਾਣੇ ਵਿੱਚ ਤੇਰੇ ਹੁਕਮ ਵਿੱਚ ਤੇਰੀ ਰਜਾ ਵਿੱਚ ਇਹ ਸਾਰੀ ਦੁਨੀਆ ਕਰੋੜਾਂ ਹੀ ਜੀ ਨਰਕਾਂ ਚ ਕਰੋੜਾਂ ਹੀ ਜੀ ਸਵਰਗਾਂ ਵਿੱਚ ਕਰੋੜਾਂ ਹੀ ਜੀ ਪਤਾਲ ਚ ਕਰੋੜਾਂ ਹੀ ਜੀ ਆਕਾਸ਼ ਵਿੱਚ ਕਰੋੜਾਂ ਹੀ ਮਿਹਨਤ ਕਰਦੇ ਨੇ ਕਰੋੜਾਂ ਬਹਿ ਕੇ ਖਾਂਦੇ ਨੇ ਜਿੱਥੇ ਜਿੱਥੇ ਤੇਰਾ ਬਾਣਾ ਜਿੱਥੇ ਜਿੱਥੇ ਤੇਰੀ ਰਜਾ ਤੂੰ ਸੱਚੇ ਬਾਦਸ਼ਾਹ ਉਥੇ ਉਥੇ ਜੀਵਾਂ ਨੂੰ ਰੱਖਿਆ ਹੋਇਆ ਕਦੇ ਜਵਜੀ ਸਾਹਿਬ ਦੀਆਂ ਪੌੜੀਆਂ ਪਿਆਰ ਨਾ ਪੜਦਾ ਹੁਕਮੀ ਹੋਵਣ ਜੀ ਇਹ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋ ਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹਿ ਨ ਕੋਈ ਤੇਰੇ ਹੁਕਮ ਦੇ ਅੰਦਰ ਹੀ ਸੱਚੇ ਪਾਤਸ਼ਾਹ ਜੀ ਪੈਦਾ ਹੁੰਦੇ ਨੇ ਹੁਕਮ ਚ ਹੀ ਵਡਿਆਈ ਮਿਲਦੀ ਏ ਹੁਕਮ ਵਿੱਚ ਹੀ ਚੰਗੇ ਨੇ ਹੁਕਮ ਵਿੱਚ ਹੀ ਮਾੜੇ ਨੇ ਜਿਹੜਾ ਤੇਰੇ ਹੁਕਮ ਨੂੰ ਜਾਣ ਲੈ ਬੁੱਝ ਲੈ ਸਮਝ ਲੈ ਉਸ ਬੰਦੇ ਦੀ ਹਉਮੈ ਤੇ ਤਕਬਰ ਮੁੱਕ ਜਾਂਦਾ ਉਹ ਬੰਦਾ ਮੁਕਤ ਹੋ ਜਾਂਦਾ ਬਾਣੀ ਪੜ ਪੜ ਕੇ ਸੇਵਾ ਕਰ ਕਰ ਕੇ ਮਨ ਉਹਦਾ ਇੰਨਾ ਜਿਆਦਾ ਨਿਰਮਲ ਹੋ ਗਿਆ ਕਿ ਜਿੱਥੇ ਵੀ ਕਿਸੇ ਨੂੰ ਕੋਈ ਸਿੱਖ ਪਾਣੀ ਪਿਆਉਂਦਾ ਆਵਾਜ਼ ਮਾਰਦਾ ਪੱਜ ਕੇ ਪਿਆ ਦੇਂਦਾ ਕੋਈ ਸਿੱਖ ਫਟੜ ਹੁੰਦਾ ਤੇ ਪਾਣੀ ਉਸੇ ਵੇਲੇ ਜਾ ਕੇ ਪਿਆਉਂਦਾ ਜੇ ਕੋਈ ਹੱਥ ਕਿਸੇ ਦੇ ਜ਼ਖਮੀ ਹੁੰਦੇ ਤੇ ਆਪਣਾ ਹੱਥ ਲਾ ਕੇ ਓਕ ਬਣਾ ਕੇ ਪਾਣੀ ਪਿਆ ਦੇਂਦਾ ਤੇ ਲਾਗੇ ਉਹਦੇ ਕੋਈ ਮੁਸਲਮਾਨ ਦੁਸ਼ਮਣ ਵੈਰੀ ਜਿਹੜੇ ਲੜਨੇ ਆਏ ਸੀ ਜੇ ਉਹ ਕੋਈ ਤਰਲਾ ਲੈਂਦਾ ਉਪਰਾਵਾ ਮੈਨੂੰ ਵੀ ਪਾਣੀ ਦੀ ਕੁੱਟ ਦੇ ਦੇ ਤੇ ਭਾਈ ਕਨਈਆ ਉਹਨੂੰ ਵੀ ਪਾਣੀ ਪਿਆ ਦੇਂਦਾ ਜੇ ਕੋਈ ਵੈਰੀ ਦੁਸ਼ਮਣ ਵੀ ਆਵਾਜ਼ ਮਾਰਦਾ ਪਿਆਸਾ ਸੰਗ ਉਹਦਾ ਸੁੱਕਾ ਹੁੰਦਾ ਤਰਲਾ ਲੈਂਦਾ ਤੇ ਭਾਈ ਕਨਈਆ ਇਹ ਨਾ ਵੇਖਦਾ ਵੀ ਇਹ ਗੁਰੂ ਦਾ ਸਿੱਖ ਆ ਜਾਂ ਸਾਡਾ ਵੈਰੀ ਆ ਦਾ ਦੁਸ਼ਮਣ ਆ ਉਹਨੂੰ ਵੀ ਪਾਣੀ ਪਿਆ ਦੇਂਦਾ ਉਹਦਾ ਮਨ ਸੇਵਾ ਕਰ ਕਰਕੇ ਇੰਨਾ ਜ਼ਿਆਦਾ ਨਿਰਮਲ ਹੋ ਗਿਆ ਗੁਰਮਖ ਪਿਆਰਿਓ ਸੇਵਾ ਕਰਨ ਦੇ ਨਾਲ ਮਨ ਵੀ ਪਵਿੱਤਰ ਨਿਰਮਲ ਹੁੰਦਾ ਤੇ ਹੱਥ ਪੈਰ ਵੀ ਪਵਿੱਤਰ ਹੁੰਦੇ ਆ ਦਸਵੇਂ ਪਾਤਸ਼ਾਹ ਬੈਠੇ ਸਨ ਗਰੀਬ ਨਵਾਜ ਨੇ ਆਵਾਜ਼ ਦਿੱਤੀ ਕਿ ਮੈਨੂੰ ਪਿਆਸ ਲੱਗੀ ਆ ਮੈਂ ਪਾਣੀ ਪੀਣਾ ਦੂਜੀ ਆਵਾਜ਼ ਫੇਰ ਦਿੱਤੀ ਤੇ ਸਤਗੁਰਾਂ ਦੇ ਸੇਵਕ ਲਾਗੇ ਨਹੀਂ ਸੀ ਹੈਗੇ ਕੋਈ ਲੱਕੜਾਂ ਲੈਣ ਗਿਆ ਸੀ ਕੋਈ ਪਾਣੀ ਭਰਨ ਗਿਆ ਸੀ ਇੱਕ ਸ਼ਾਹੂਕਾਰਾਂ ਦਾ ਸੇਠਾਂ ਦਾ ਮੁੰਡਾ ਬੜੇ ਅਮੀਰ ਘਰਾਣੇ ਦਾ ਬੱਚਾ ਉਹ ਸਤਗੁਰਾਂ ਦੀ ਆਵਾਜ਼ ਸੁਣ ਕੇ ਦੌੜ ਕੇ ਆਇਆ ਹੱਥ ਤੋਤੇ ਬਾਟਾ ਮਾਂਜਿਆ ਪਾਣੀ ਕੱਢਿਆ ਖੂਹ ਤੋਂ ਤਾਜਾ ਜਲ ਲਿਆ ਕੇ ਸਤਗੁਰਾਂ ਦੇ ਹਾਜ਼ਰ ਕੀਤਾ ਲਓ ਗਰੀਬ ਨਵਾਜ਼ ਜਲ ਸ਼ਕਲੋ ਨਾਲੇ ਸਤਗੁਰਾਂ ਨੇ ਬਾਟਾ ਫੜਿਆ ਤੇ ਨਾਲੇ ਸੱਚੇ ਪਾਤਸ਼ਾਹ ਕਹਿੰਦੇ ਆ ਓਏ ਗੁਰੂデア ਸਿੱਖਾ ਓ ਪਿਆਰਿਆ ਤੇਰੇ ਤੇ ਹੱਥ ਬੜੇ ਕੂਲੇ ਨੇ ਤੇਰੇ ਹੱਥ ਕਿੱਡੇ ਗੋਰੇ ਨਿਸ਼ੋਰ ਨੇ ਉਹ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਬੜੀ ਅਮੀਰੀ ਬੜੀ ਦੌਲਤ ਬੜੀ ਮਾਇਆ ਨੌਕਰ ਚੱਕਰਿਆ ਆ ਪਹਿਲੀ ਵਾਰ ਤੁਹਾਨੂੰ ਪਾਣੀ ਪਿਆਇਆ ਇਹਨਾਂ ਹੱਥਾਂ ਨਾਲ ਅੱਜ ਤੱਕ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਪਈ ਜ਼ਰੂਰਤ ਹੀ ਨਹੀਂ ਪਈ ਮੈਂ ਤੇ ਕਦੇ ਆਪ ਫੜ ਕੇ ਪਾਣੀ ਨਹੀਂ ਪੀਤਾ ਤੇ ਸਤਗੁਰੂ ਜਲ ਛਕ ਨਹੀਂ ਲੱਗੇ ਸੀ ਤੇ ਸਤਗੁਰਾਂ ਨੇ ਪੁੰਜੇ ਪਾਣੀ ਰੱਖਤਾ ਬਾਟਾ ਉਹ ਬੜਾ ਹੈਰਾਨ ਹੋਇਆ ਕਹਿੰਦਾ ਮਹਾਰਾਜ ਕੀ ਗੱਲ ਹੋ ਗਈ ਹੁਣੇ ਤੇ ਤੁਸੀਂ ਕਿਹਾ ਸੀ ਪਿਆਸ ਲੱਗੀ ਏ ਪਾਣੀ ਥੱਲੇ ਰੱਖ ਤਾ ਸਤਿਗੁਰ ਕਹਿੰਦੇ ਤੇਰੇ ਹੱਥ ਦਾ ਪਾਣੀ ਨਹੀਂ ਪੀਣਾ ਉਹ ਰੋ ਪਿਆ ਮਹਾਰਾਜ ਮੈਂ ਵੀ ਤੁਹਾਡਾ ਸਿੱਖ ਹਾਂ ਮਸਾ ਮਸਾ ਮੈਨੂੰ ਸੇਵਾ ਦਾ ਮੌਕਾ ਮਿਲਿਆ ਮੇਰੇ ਹੱਥਾਂ ਨੂੰ ਮੈਨੂੰ ਕੀ ਹੋ ਗਿਆ ਕਿਹੜਾ ਮੈਂ ਗੁਨਾਹ ਕੀਤਾ ਗਰੀਬ ਨਵਾਜ਼ ਕਹਿੰਦੇ ਤੇਰਾ ਗੁਨਾਹ ਇਹੀ ਹੈ ਕਿ ਜਿਹੜਾ ਤੂੰ ਇਹਨਾਂ ਹੱਥਾਂ ਨਾਲ ਕਦੇ ਸੇਵਾ ਨਹੀਂ ਕੀਤੀ ਜਿਨ੍ਹਾਂ ਹੱਥਾਂ ਨਾਲ ਸੇਵਾ ਨਹੀਂ ਨੰ ਬੰਦਾ ਕਰਦਾ ਬਾਈ ਗੁਰਦਾਸ ਜੀ ਲਿਖਦੇ ਨੇ ਉਹ ਕਹਿੰਦੇ ਨੇ ਤ੍ਰਿਗ ਸਿਰ ਗੁਰ ਨਾਨਿਵਾ ਗੁਰ ਲਗੈ ਨਾ ਚਰਣੀ ਉਹ ਸਿਰ ਤ੍ਰਿਗਿਆ ਜਿਹੜਾ ਗੁਰੂ ਦੇ ਚਰਨਾਂ ਤੇ ਨਹੀਂ ਝੁਕਦਾ ਤ੍ਰਿਗ ਲੋਇਨ ਗੁਰ ਦਰਸ ਬਿਨ ਵੇਖੇ ਪਰ ਤਰੁਣੀ ਜਿਹੜੀਆਂ ਅੱਖਾਂ ਗੁਰੂ ਦਾ ਦਰਸ਼ਨ ਨਹੀਂ ਕਰਦੀਆਂ ਉਹ ਅੱਖਾਂ ਤ੍ਰਿਗ ਨੇ ਪਰਾਇਆ ਰੂਪ ਵੇਖਦੀਆਂ ਪਰ ਗੁਰੂ ਦਾ دیدار ਨਹੀਂ ਕਰਦੀਆਂ ਤ੍ਰਿਗ ਸ਼੍ਰਵਣ ਉਪਦੇਸ਼ ਬਿਨਾਂ ਸੁਨ ਸੁਰਤ ਨਦਰਨੀ ਉਹ ਕੰਨ ਤ੍ਰਿਗ ਨੇ ਗੁਰੂ ਦਾ ਉਪਦੇਸ਼ ਨਹੀਂ ਸੁਣਦੇ ਤੇ ਹੋਰ ਦੁਨੀਆਂ ਦੀਆਂ ਗੱਲਾਂ ਵਿਚਾਰ ਬੜੇ ਸੁਣਦੇ ਨੇ ਗੁਰੂ ਦੀ ਗੱਲ ਨਹੀਂ ਸੁਣਦੇ ਤੇ ਅੱਗੇ ਕਹਿੰਦੇ ਨੇ ਤ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨੇ ਭਲ ਕਰਨੀ ਤੇ ਸੇਵਾ ਤੋਂ ਬਿਨਾ ਜਿਹੜੇ ਹੱਥ ਪੈ ਰਿਆ ਨਾ ਕਹਿੰਦੇ ਉਹ ਵੀ ਤ੍ਰਿਗਿਆ ਗੁਰੂ ਦਾ ਸੇਵਕ ਹੋਣਾ ਹੱਥਾਂ ਨਾਲ ਸੇਵਾ ਕਰਨੀ ਇਹ ਕੋਈ ਮੈਂ ਦੁਬਾਰਾ ਬੇਨਤੀ ਕਰਦਿਆਂ ਕੋਈ ਛੋਟੀ ਗੱਲ ਨਹੀਂ ਹੁੰਦੀ ਤੇ ਸੇਵਕ ਨੂੰ ਪਤਾ ਕਿੱਡਾ ਵੱਡਾ ਦਰਜਾ ਦਿੱਤਾ ਸਤਿਗੁਰਾਂ ਨੇ ਬਾਬਾ ਅਮਰਦਾਸ ਬਜ਼ੁਰਗੀ ਦੀ ਅਵਸਥਾ ਅੱਧੀ ਰਾਤ ਨੂੰ ਉੱਠ ਕੇ ਪਾਣੀ ਲੈਣ ਜਾਣਾ ਸਿਰ ਤੇ ਗਾਗਰ ਰੱਖ ਕੇ ਬਿਆਸ ਵਿੱਚੋਂ ਗਾਗਰ ਭਰਨੀ ਸਨੇ ਕੱਪੜਿਆਂ ਪਹਿਲਾਂ ਇਸ਼ਨਾਨ ਕਰ ਲੈਣਾ ਤੇ ਚੁੱਭੀ ਮਾਰ ਕੇ ਹੀ ਗਾਗਰ ਸਿਰ ਤੇ ਚੁੱਕ ਲੈਣੀ ਪਾਰੀ ਸੀ ਬਿਰਧ ਸਰੀਰ ਉਦਾਂ ਚੁੱਕੀ ਨਹੀਂ ਸੀ ਜਾਂਦੀ ਐਦਾਂ ਗਾਗਰ ਭਰ ਕੇ ਤੇ ਪਾਣੀ ਚ ਵੜ ਕੇ ਗਾਗਰ ਸਿਰ ਤੇ ਰੱਖ ਕੇ ਚੁੱਕ ਲੈਣੀ ਇਸ਼ਨਾਨ ਕਰਾਉਣਾ ਸਤਿਗੁਰਾਂ ਦਾ ਆਣ ਕੇ ਲੰਗਰ ਚ ਸੇਵਾ ਕਰਨੀ ਲੱਕੜਾਂ ਲਿਆਉਣੀਆਂ ਬਰਤਨ ਮੰਝਣੇ ਤੇ ਸੇਵਾ ਕਰਦਿਆਂ ਕਰਦਿਆਂ ਮਨ ਇੰਨਾ ਨਿਰਮਲ ਹੋ ਗਿਆ ਗੁਰੂ ਵਿੱਚ ਇੱਕ ਮਿਕ ਹੋ ਗਏ ਕਿ ਸਤਗੁਰਾਂ ਨੇ ਗੁਰਗੱਦੀ ਦੀ ਬਖਸ਼ਿਸ਼ ਕਰ ਦਿੱਤੀ ਇੱਕ ਸੇਵਕ ਨੂੰ ਸੇਵਾਦਾਰ ਨੂੰ ਸੇਵਾ ਕਰਨ ਵਾਲੇ ਨੂੰ ਐਡੀ ਵੱਡੀ ਗੁਰਮਖੋ ਇਹ ਸੇਵਾ ਜਿਹੜੀ ਆ ਨਾ ਐਡੀ ਵੱਡੀ ਮੰਜ਼ਲ ਤੇ ਪਹੁੰਚਾ ਦਿੰਦੀ ਆ ਕਿਸੇ ਸੱਜਣ ਨੇ ਲਿਖਿਆ ਉਹ ਕਹਿੰਦਾ ਸੇਵਾ ਇੱਕ ਉੱਚੀ ਮੰਜ਼ਲ ਹੈ ਜਿਸ ਤੇ ਚੜ ਜਾਣਾ ਔਖਾ ਏ ਤਿਆਰੇ ਦੇ ਠਾਂ ਬੈ ਕੇ ਤੇ ਤਨ ਨੂੰ ਚਰਵਾਉਣਾ ਸੌਖਾ ਆਏ ਸੇਵਾ ਕਰਨ ਸੁਆ ਨੇ ਸੂਰਜ ਨੂੰ ਕਬਜ਼ੇ ਕਰ ਲੀਤਾ ਸੇਵਾ ਕਰ ਕਨਈਏ ਨੇ ਰਮ ਜਾਂਦਾ ਸਾਗਰ ਤਰ ਲੀਤਾ ਗੁਰੂ ਘਰ ਵਿੱਚ ਬਾਬੇ ਬੁੱਢੇ ਨੇ ਜਦੋਂ ਸੇਵਾ ਤੈਂ ਰਜਾ ਲੀਤਾ ਵਦ ਝੜ ਕੇ ਰਿਸ਼ੀਆਂ ਮੁਨੀਆਂ ਤੋਂ ਉਸ ਨੇ ਸੀ ਰਤਬਾ ਪਾ ਲਈ ਤਾ ਇਹ ਸੇਵਾ ਬਾਬੇ ਅਮਰਦਾਸ ਦੇ ਸਿਰ ਤੇ ਛਤਰ ਛੁਲਾ ਦੇਵੇ ਇਹ ਸੇਵਾ ਜਿਉਂਨ ਬੁਟੀਏ ਤੇ ਪਿੰਗਲੇ ਦਾ ਕੋੜ ਹਟਾ ਦੇਵੇ ਨਿਸ਼ਚੇ ਕਰ ਸੇਵਾ ਕਰਿਆ ਹੀ ਕਈ ਖਾਲੀ ਗੋਦਾਂ ਪਰ ਜਾਵਣ ਜੋ ਬੜੇ ਚਿਰਾਂ ਤੋਂ ਤਪੀਆਂ ਨੇ ਮਾਵਾਂ ਦੀਆਂ ਹਿੱਕਾਂ ਠਰ ਜਾਵਣ ਇਹ ਸੇਵਾ ਗੁਰਮਖੋ ਏ ਚੀਜ਼ ਆ ਸਾਇਬ ਬਰਮਾਉਂਦੇ ਨੇ ਪਾਸ਼ੰਕਰੋਤ ਅਗਰਨੀਵਾ ਕੀ ਮਿਲਦਾ ਗੁਰੂ ਘਰ ਸੇਵਾ ਕੀਤਿਆਂ ਜਿਹੜਾ ਬੰਦਾ ਪਿੱਛੇ ਰਹਿ ਗਿਆ ਉਹ ਅੱਗੇ ਆ ਜਾਏਗਾ ਨਿਰਾਸ ਸੰਾਸਪੂਰਨਹ ਤੇ ਜਿਹੜੇ ਨਿਰਾਸ਼ ਹੋ ਗਏ ਨੇ ਜਿਨ੍ਹਾਂ ਦੀਆਂ ਆਸਾਂ ਕਿਤੇ ਉਹ ਵੀ ਪੂਰੀਆਂ ਨਹੀਂ ਹੁੰਦੀਆਂ ਜਦੋਂ ਉਹ ਗੁਰੂ ਘਰ ਸੇਵਾ ਕਰਦੇ ਨੇ ਉਹਨਾਂ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨਿਰਦਨੰਗ ਭਯੰਗ ਤਨਵੰਤਾ ਜੇ ਕੋਈ ਗਰੀਬ ਬੰਦਾ ਤੇ ਸੇਵਾ ਕਰੇ ਸਹਬ ਕਹਿੰਦੇ ਉਹ ਤਨਵਾਣ ਬਣ ਜਾਏਗਾ ਰੋਗੀਆਂ ਗ ਰੋਗ ਖੰਡਣਾ ਜੇ ਕੋਈ ਰੋਗੀ ਬੰਦਾ ਸੇਵਾ ਕਰਦਾ ਵੀ ਮੇਰੇ ਰੋਗ ਬਿਮਾਰੀਆਂ ਮਿਟ ਜਾਣ ਕਹਿੰਦੇ ਉਹਦੇ ਰੋਗ ਮਿਟ ਜਾਂਦੇ ਨੇ ਸੇਵਾ ਕੀਤੇ ਆ ਭਗਤਿਆਂ ਗ ਭਗਤ ਦਾਨੰਗ RAM ਨਾਮ ਗੁਰ ਕੀਰਤਨ ਜਿਹੜਾ ਕੋਈ ਸੇਵਾ ਕਰਕੇ ਆਖੇ ਮਹਾਰਾਜ ਮੈਨੂੰ ਭਗਤੀ ਦਾ ਦਾਨ ਮਿਲ ਜਾਏ ਮੈਨੂੰ ਨਾਮਦਾਨ ਮਿਲ ਜਾਏ ਕਹਿੰਦੇ ਉਹਨੂੰ ਭਗਤੀ ਦਾ ਨਾਮਦਾਨ ਦਾ ਸਤਗੁਰ ਉਪਹਾਰ ਬਖਸ਼ ਦਿੰਦੇ ਨੇ ਪਾਰ ਬ੍ਰਹਮ ਪੁਰਖ ਦਾ ਤਾਰਾ ਗੁਰ ਸੇਵਾ ਕਿੰਗ ਨਾ ਲੱਭਿਆ ਤੇ ਗੁਰੂ ਦੀ ਸੇਵਾ ਕੀਤੀਆਂ ਕਹਿੰਦੇ ਦੁਨੀਆ ਦੇ ਉੱਤੇ ਸੰਸਾਰ ਦੇ ਉੱਤੇ ਐਹੋ ਜੀ ਚੀਜ਼ ਦੱਸੋ ਜਿਹੜੀ ਨਹੀਂ ਮਿਲਦੀ ਸੇਵਾ ਕੀਤੀਆਂ ਚੀਜ਼ ਦੱਸੋ ਤੇ ਨਾਲ ਤੀਜੇ ਪਾਤਸ਼ਾਹ ਵਰਮਾਉਂਦੇ ਹਨ ਕਹਿੰਦੇ ਸਤ ਗੁਰ ਕੀ ਸੇਵਾ ਚੱਕਦੀ ਸੁਖੀ ਹੂੰ ਸੁਖਸਾਰ ਐਤ ਮਿਲਨ ਵਡਿਆਈਆਂ ਦਰਗਾਹ ਮੋਖ ਦਵਾਰ ਗੁਰੂ ਦੀ ਸੇਵਾ ਕੀਤੇਆਂ ਸੁੱਖਾਂ ਦਾ ਸਾਰ ਆ ਗੁਰੂ ਘਰ ਵਿੱਚ ਗੁਰੂ ਦੀ ਸੇਵਾ ਸੁੱਖਾਂ ਦਾ ਸਾਰ ਸਤ ਗੁਰ ਕੀ ਸੇਵਾ ਚੱਕੀ ਸੁਖੀ ਹੂੰ ਸੁਖ ਸਾਰ ਐਥੇ ਮਿਲਣ ਵਡਿਆਈਆਂ ਦਰਗਾਹ ਮੋਖ ਦਵਾਰ ਇਸ ਧਰਤੀ ਤੇ ਦੁਨੀਆ ਤੇ ਵਡਿਆਈ ਮਿਲਦੀ ਹੈ ਤੇ ਦਰਗਾਹ ਦੇ ਵਿੱਚ ਉਸ ਬੰਦੇ ਨੂੰ ਮੁਕਤੀ ਮਿਲਦੀ ਹੈ ਮੁਕਤੀ ਦਾ ਦਵਾਰ ਉਹਦੇ ਲਈ ਖੁੱਲ ਜਾਂਦਾ ਰਸਤੇ ਖੁੱਲ ਜਾਂਦੇ ਨੇ ਜਿਹੜਾ ਸੇਵਾ ਕਰਦਾ ਵਿਚ ਦੁਨੀਆ ਸੇਵ ਕਮਾਈਐ ਤੰਦਰਗਾ ਬੈਸਨ ਪਾਈਐ ਸੱਚੀ ਕਾਰ ਕਮਾਵਣੀ ਸਚ ਪੰਨਨ ਸਚ ਨਾਮ ਅਧਾਰ ਨਾਨਕ ਸਤਗੁਰ ਕੀ ਸੇਵਾ ਸੋ ਕਰੇ ਜਿਸਨੂੰ ਨਦਰ ਕਰੇ ਕਰਤਾਰ ਨਾਲ ਇਹ ਵੀ ਬਚਨ ਕਹਿ ਦਿੱਤਾ ਕਿ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਜਿਹਦੇ ਤੇ ਕਰਤਾਰ ਨਦਰ ਕਰੇ ਗੁਰੂ ਮਿਹਰਬਾਨ ਹੋਵੇ ਓਨੂੰ ਸੇਵਾ ਮਿਲਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਉਹ ਗੁਰੂ ਦੇ ਸਿੱਖਾ ਮੈਂ ਤੇਰੇ ਹੱਥ ਦਾ ਪਾਣੀ ਨਹੀਂ ਪੀ ਸਕਦਾ ਜਿਹੜੇ ਹੱਥ ਆ ਨਾ ਪਹਿਲਾਂ ਤੂੰ ਸੇਵਾ ਕਰਿਆ ਕਰ ਇਹਨਾਂ ਹੱਥਾਂ ਨਾਲ ਝਾੜੂ ਦਿਆ ਕਰ ਭਾਂਡੇ ਮਾਂਜਿਆ ਕਰ ਗੁਰੂ ਦੇ ਸਿੱਖਾਂ ਦੀ ਲੰਗਰ ਵਿੱਚ ਜਾ ਕੇ ਬਾਲਣ ਢੋਆ ਕਰ ਝੋਕਾ ਲਾਇਆ ਕਰ ਜਦੋਂ ਤੂੰ ਸੇਵਾ ਕਰੇਂਗਾ ਨਾ ਇਹ ਤੇਰਾ ਸਰੀਰ ਪਵਿੱਤਰ ਹੋਏਗਾ ਹਾਥ ਪਵਿੱਤਰ ਟਹਿਲ ਤੇ ਜਨ ਪਾਦ ਪਵਿੱਤਰ ਗੁਰਦਰਸ ਪੈਨ ਸੁਣ ਸਿੱਖਾ ਗੁਰਮਤਿ ਇਹ ਸਾਰ ਸਤ ਸੰਗਤ ਕੀ ਸੇਵ ਉਦਾਰ ਸੇਵਾ ਸ਼ਰੇਸ਼ਟ ਹੈ ਸਾਧ ਸੰਗਤ ਦੀ ਸੇਵਾ ਤੋਂ ਬਿਨਾ ਨਹੀਂ ਰੱਦ ਧਾਵਨ ਕੋ ਅਰਪਵਾਨ ਕਰੋ ਰਸੋਈ ਸ਼ੁੱਧ ਮਹਾਨ तरीका ਢੰਗ ਦੱਸਿਆ ਗਰੀਬ ਨਵਾਜ਼ ਜੀ ਨੇ ਕਿ ਸੇਵਾ ਕਰਨ ਤੋਂ ਬਿਨਾਂ ਇਥੇ ਪੈਣੀ ਸਾਹਿਬ ਵਿੱਚ ਸਤਿਗੁਰੂ ਬਿਲਾਸ ਵਿੱਚ ਬਚਨ ਆਉਂਦਾ ਇੱਕ ਮਾਈ ਸੇਵਾ ਕਰਿਆ ਕਰਦੀ ਸੀ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਦਾ ਬਚਨ ਹੈ ਸਤਿਗੁਰੂ ਰਾਮ ਸਿੰਘ ਜੀ ਨੇ ਜਦੋਂ ਹੀ ਜਾਣਾ ਲੰਗਰ ਦੇ ਵਿੱਚ ਉਸ ਮਾਤਾ ਨੇ ਭਾਂਡੇ ਮਾਂਜਦਿਆਂ ਹੋਣਾ ਭਾਂਡੇ ਮਾਂਜੀ ਜਾਣੇ ਜਦੋਂ ਹੀ ਗਰੀਬ ਨਿਵਾਜ ਨੇ ਦਰਸ਼ਨ ਦੇਣੇ ਮਾਈ ਨੇ ਭਾਂਡੇ ਮਾਂਜਦੀ ਹੋਣਾ ਤੇ ਸਤਗੁਰਾਂ ਨੇ ਅੱਖਾਂ ਲਾਗ ਕੇ ਖਲੋਕੇ ਮਾਤਾ ਤੂੰ ਜਿੱਥੇ ਜਾਣਾ ਨਾ ਦਰਗਾਹ ਵਿੱਚ ਇੰਨੀ ਸੇਵਾ ਕਰਦੀ ਐ ਜਿੱਥੇ ਦਰਗਾਹ ਵਿੱਚ ਜਾਣਾ ਮੇਰੇ ਵਾਸਤੇ ਵੀ ਜਗ੍ਹਾ ਰੱਖ ਲਈ ਦੇਖੋ ਕਿੰਦੀ ਵੱਡੀ ਗੱਲ ਹੈ ਗੁਰਮਖੋ ਸੰਤ ਗੁਰਬਚਨ ਸਿੰਘ ਜਿਨ੍ਹਾਂ ਦੀ ਯਾਦ ਵਿੱਚ ਅੱਜ ਆਪਾਂ ਇਕੱਤਰ ਹੋਏ ਆਂ ਪਿਤਾ ਦਾ ਨਾਮ ਸੀ ਸਾਧੂ ਸਿੰਘ ਦੇਸ਼ ਦੀ ਵੰਡ ਤੋਂ ਜਦੋਂ ਹੋਈ ਹੈ ਹਿੰਦੁਸਤਾਨ ਪਾਕਿਸਤਾਨ ਦੀ ਕੁਝ ਡੇਢ ਕਸਾਲ ਦੀ ਇਹਨਾਂ ਦੀ ਉਮਰ ਸੀ ਮਾਤਾ ਹਰਬੰਸ ਕੌਰ ਦੇ ਘਰੇ ਇਹਨਾਂ ਦਾ ਜਨਮ ਹੁੰਦਾ ਹੈ ਇਹਨਾਂ ਦੇ ਦਾਦਾ ਧਰਮ ਸਿੰਘ ਤੇ ਪੜਦਾਦਾ ਵਿਸਾਖਾ ਸਿੰਘ ਜੀ ਸਨ ਜਿਹੜੇ ਸੰਤ ਵਿਸਾਖਾ ਸਿੰਘ ਜੀ ਸਨ ਉਹਨਾਂ ਨੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਭਜਨ ਪੁੱਛਿਆ ਸੀ ਸੰਤ ਵਿਸਾਖਾ ਸਿੰਘ ਉਹਨਾਂ ਨੇ ਤੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਸੰਤ ਵਿਸਾਖਾ ਸਿੰਘ ਉਹਨਾਂ ਨੇ ਇੱਕ ਘੋੜੀ ਮੱਥਾ ਟੇਕੀ ਜਿਸ ਘੋੜੀ ਤੇ ਮੇਰੇ ਚੀਨੀ ਵਾਲੇ ਪਾਤਸ਼ਾਹ ਸਵਾਰ ਵੀ ਹੁੰਦੇ ਰਹਿ ਦੇਖੋ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਘਰ ਵਿੱਚ ਸਿੱਖੀ ਦਾ ਬੂਟਾ ਲੱਗਾ ਗੁਰੂ ਰਾਮ ਸਿੰਘ ਮਹਾਰਾਜ ਤੋਂ ਵਰਸਾਇਆ ਹੋਇਆ ਇਹ ਪਰਿਵਾਰ ਤਿੰਨ ਭਰਾ ਸਨ ਸੰਤ ਗੁਰਮੇਲ ਸਿੰਘ ਹਰਭਜਨ ਸਿੰਘ ਤੇ ਸਭ ਤੋਂ ਛੋਟੇ ਸਨ ਸੰਤ ਗੁਰਬਚਨ ਸਿੰਘ ਹੋਣੀ ਜਿਨ੍ਹਾਂ ਦਾ ਅੱਜ ਪੋਗ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਪਿੰਡ ਸੀ ਕਣੀਏ ਕੇ ਰਾਵੀ ਤੋਂ ਪਾਰ ਇੰਡੀਆ ਦੇ ਵਿੱਚ ਹੀ ਸੀ ਪਿੰਡ ਭਾਵੇਂ ਰਾਵੀ ਤੋਂ ਪਾਰ ਸੀ ਹਾਰਨੀਆਂ ਇਹਨਾਂ ਦੇ ਨਾਨਕੇ ਸਨ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਹੁਕਮ ਕੀਤਾ ਫਿਰ ਇਹ ਆਪਣੀ ਜ਼ਮੀਨ ਵੇਚ ਕੇ ਤੇ ਜੀਵਨ ਨਗਰ ਦੇ ਇਲਾਕੇ ਵਿੱਚ ਚਲੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਆਗਿਆ ਅਨੁਸਾਰ ਉਹਨਾਂ ਦੇ ਹੁਕਮ ਅਨੁਸਾਰ ਉੱਥੇ ਪਹਿਲੀ ਲਾਇ ਲਾਈ ਤੇ 1965 ਦੇ ਲਾਗੇ ਚਾਗੇ ਦੀ ਇਹ ਗੱਲ ਹੈ ਤੇ ਸੰਤਨਗਰ ਜਿਹੜਾ ਵਿਦਿਆਲਾ ਸੀ ਗੁਰਮਤਿ ਸਿੱਖ ਵਿਦਿਆਲੇ 8ਵੀਂ ਤੱਕ ਸੰਤਾ ਨੇ ਉਹਦੇ ਵਿੱਚ ਪੜ੍ਹਾਈ ਕੀਤੀ ਉਥੇ ਵਿਦਿਆ ਗ੍ਰਹਿਣ ਕੀਤੀ ਜੀਵਨਨਗਰ ਸੇਵਾ ਕਰਨ ਜਾਂਦੇ ਹੁੰਦੇ ਸਨ ਬਚਪਨ ਵਿੱਚ ਤੇ ਜਦੋਂ ਮਸਤਾਨਗੜ ਆਵਾਦ ਹੋਇਆ ਇੱਥੇ ਵੀ ਬਹੁਤ ਇਹਨਾਂ ਨੇ ਤਨ ਦੇਈ ਨਾਲ ਮਨ ਨਾਲ ਗੁਰੂ ਘਰ ਨੂੰ ਆਪਣਾ ਘਰ ਸਮਝ ਕੇ ਗੁਰਮਖੋ ਸੇਵਾ ਕੀਤੀ ਜਦੋਂ ਨਾਲੀ ਦਾ ਬੰਨ ਬੰਨਿਆ ਜਾ ਰਿਹਾ ਸੀ ਉਸ ਇਲਾਕੇ ਦੇ ਸੱਜਣਾ ਨੂੰ ਪਤਾ ਹੈ ਕੁਝ ਸਿੱਖਾਂ ਨੂੰ ਤਿੰਨ ਚਾਰ ਸਿੱਖਾਂ ਨੂੰ ਇੱਕ ਇੱਕ ਟਰੈਕਟਰ ਤੇ ਦੋ ਦੋ ਜੋਗਾ ਦਿੱਤੀਆਂ ਗਈਆਂ ਸਨ ਨਾਲ ਕੁਝ ਇਹਨਾਂ ਨੂੰ ਸਿੱਖ ਦਿੱਤੇ ਗਏ ਉਹਨਾਂ ਦੇ ਵਿੱਚੋਂ ਸੰਤ ਵੀ ਸੰਨਿਕ ਆਪ ਹੱਥੀਂ ਸੇਵਾ ਕੀਤੀ ਪਾਣੀ ਬੜਾ ਚੜਿਆ ਹੋਇਆ ਸੀ ਜਦੋਂ ਪੈਰ ਪਾਣੀ ਚ ਕਈ ਦਿਨ ਭਿੱਜੇ ਰਹਿ ਪਾਣੀ ਚ ਉਸੇ ਤਰ੍ਹਾਂ ਹੀ ਸੇਵਾ ਨਿਰੰਤਰ ਜਾਰੀ ਰੱਖੀ ਤੇ ਸੇਵਾ ਕਰਦਿਆਂ ਕਰਦਿਆਂ ਪੈਰ ਗਲ ਗਏ ਪੈਰ ਜਿਹੜੇ ਸੀ ਮਾਸ ਉਹਨਾਂ ਦਾ ਲੈਣਾ ਸ਼ੁਰੂ ਹੋ ਗਿਆ ਪੈਰਾਂ ਦਾ ਤੇ ਸਤਗੁਰਾਂ ਨੇ ਹੁਕਮ ਕੀਤਾ ਕਿ ਸੰਤ ਜੀ ਕੁਝ ਦਿਨ ਆਰਾਮ ਕਰ ਲਓ ਪੈਰਾਂ ਨੂੰ ਕੁਝ ਆਰਾਮ ਆ ਜਾਏਗਾ ਤੇ ਫਿਰ ਤੁਸੀਂ ਸੇਵਾ ਵਿੱਚ ਆ ਜਾਓ ਫਿਰ ਲੱਗ ਜਿਓ ਆਪਣੇ ਕਹਿਣ ਦਾ ਭਾਵੇਂ ਹੈ ਕਿ ਜਦੋਂ ਸੇਵਾ ਕੀਤੀ ਉਦੋਂ ਆਪਣੇ ਸਰੀਰ ਵੱਲ ਆਪਣੇ ਤਨ ਵੱਲ ਵੀ ਧਿਆਨ ਨਹੀਂ ਦਿੱਤਾ ਇੱਕ ਦਿੱਤਾ ਤੇ ਸਤਗੁਰੂ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਆ ਕੇ ਗੁਰੂ ਘਰ ਦੀ ਸੇਵਾ ਦੇ ਵੱਲ ਧਿਆਨ ਦਿੱਤਾ 1980 ਦੇ ਵਿੱਚ ਪੈਣੀ ਸਾਹਿਬ ਆ ਜਾਂਦੇ ਆ ਮਤਲਬ ਮੈਂ ਸ਼ੁਰੂ ਵਿੱਚ ਗੁਰਮੁਖੋ ਇੱਕ ਸ਼ਬਦ ਪੜ੍ਹਿਆ ਤੁਸੀਂ ਸਰਵਨ ਕੀਤਾ ਜਿਉਂ-ਜਿਉਂ ਹੁਕਮ ਭਇਓ ਸਾਹਿਬ ਕਾ ਸੋ ਮੱਥੇ ਲੈ ਮਾਨਿਓ ਜਿੱਦਾਂ ਜਿੱਦਾਂ ਸਤਗੁਰ ਜੀ ਹੁਕਮ ਕਰਦੇ ਰਹਿ ਜਿੱਥੇ-ਜਿੱਥੇ ਗਰੀਬ ਨਵਾਜ ਨੇ ਭੇਜਿਆ ਕੱਲਿਆ ਸੱਦਿਆ ਬੜਾ ਪਿਆਰਾ ਬਚਨ ਹੈ ਬੜਾ ਪਿਆਰਾ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਕੇ ਮਾਨਮੋਹ ਅਰ ਲੋਭ ਵਿਕਾਰਾ ਬਿਓ ਚੀਤਨਾ ਘਲਿਓ ਕਹਿੰਦੇ ਸੇਵਕ ਕਿੱਦਾਂ ਦਾ ਹੁੰਦਾ ਜਿਹੜਾ ਗੁਰੂ ਦੇ ਘਰ ਸੇਵਾ ਕਰਦਾ ਇੱਕ ਜਗ੍ਹਾ ਸਤਗੁਰ ਫਰਮਾਉਂਦੇ ਹਨ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਅਗਿਆ ਮਨ ਮੈਸ ਹੈ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮਾਰਿਦਾ ਸਦ ਧਿਆਵੇ ਮਨ ਵਿੱਚ ਸਤ ਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਕਰਨ ਵਾਲਾ ਸੇਵਕ ਕਿਦਾਂ ਦਾ ਹੋਵੇ ਤੇ ਗੁਰਮਖੋ ਜਿਹੜੀ ਮੈਂ ਅਰਜ ਕਰਦਾ ਪਿਆ ਸੇਵਾ ਕਰਤ ਹੋਏ ਨਿਹਕਾਮੀ ਕਾਮਨਾਵਾਂ ਤੋਂ ਰਹਿਤ ਤਿਸ ਕੋ ਹੋਤ ਪ੍ਰਾਪਤ ਸੁਆਮੀ ਬੜਾ ਮਹਾਤਮ ਗੁਰਮਖੋ ਜਿੱਤੇ ਸ਼ਾਸਤਰਾਂ ਚ ਲਿਖਿਆ ਉਥੇ ਤੁਸੀਂ ਇਤਿਹਾਸ ਪੜੋ ਨਾ ਤੁਹਾਨੂੰ ਪਤਾ ਲੱਗੇਗਾ ਗੁਰੂ ਘਰ ਦੇ ਜਿਹੜੇ ਸੇਵਕ ਹੋਏ ਨੇ ਕਿੱਦਾਂ ਕਿਦਾਂ ਦਾ ਉਹਨਾਂ ਦਾ ਜੀਵਨ ਹੋਇਆ ਕਿਦਾਂ ਕਿਦਾਂ ਉਹਨਾਂ ਨੇ ਸੇਵਾ ਕੀਤੀ ਗੁਰੂ ਦੇ ਸੇਵਕ ਆਪਣੇ ਸਰੀਰ ਦੀ ਤਨ ਦੀ ਪਰਵਾਹ ਨਹੀਂ ਕੀਤੀ ਬਾਬਾ ਗਾਰਾ ਬਾਬਾ ਫਰੀਦ ਜੀ ਦੇ ਸ਼ਲੋਕ ਪੜੋ ਫਰੀਦਾ ਗਲਿਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਭਿੱਜੋ ਸਿੱਜੋ ਕੰਬਲੀ ਅੱਲਾ ਵਰਸਾਉ ਮੇਹ ਮੈਂ ਜਾਏ ਮੇਲਾ ਤਿੰਨਾ ਸੱਜਣਾ ਟੁੱਟੈ ਨਾਹੀ ਨੇ ਮੇਰਾ ਪਿਆਰ ਨਾ ਟੁੱਟੇ ਸਤਗੁਰ ਦੇ ਨਾਲੋਂ ਇਹ ਦੁਨੀਆ ਦੀਆਂ ਮੁਸ਼ਕਲਾਂ ਔਕੜਾਂ ਇਹਨਾਂ ਦੀ ਕੋਈ ਗੱਲ ਨਹੀਂ ਵੇਖਿਆ ਅੱਗ ਕਿਤੇ ਨਹੀਂ ਸੀ ਮਿਲਦੀ ਬਾਹਰ ਨਿਕਲੇ ਵੀ ਆਪਣੇ ਮੁਰਸ਼ਿਦ ਦਾ ਇਸ਼ਨਾਨ ਕਰਾਉਣਾ ਕਿਤੇ ਉਹ ਅੱਗ ਲੱਭ ਕੇ ਲਿਆਵਾਂ ਨਹੀਂ ਮਿਲਦੀ ਅੱਗ ਵੇਖਿਆ ਕਿ ਦੂਰ ਇੱਕ ਚਾਨਣ ਨਜ਼ਰੇ ਆਇਆ ਤੁਰ ਕੇ ਲੱਗੇ ਗਏ ਇੱਕ ਚਬਾਰੇ ਵਿੱਚ ਜਦੋਂ ਗਏ ਤੇ ਉਹ ਇੱਕ ਵੇਸਵਾ ਦਾ ਕੋਠਾ ਸੀ ਜਾ ਕੇ ਕਹਿਣ ਲੱਗੇ ਭੈਣ ਮੈਨੂੰ ਅੱਗ ਚਾਹੀਦੀ ਹੈ ਮੈਂ ਆਪਣੇ ਮੁਰਸ਼ਿਦ ਦਾ ਗੁਰੂ ਦਾ ਇਸ਼ਨਾਨ ਕਰਾਉਣਾ ਪਾਣੀ ਗਰਮ ਕਰਨਾ ਉਹ ਕਹਿੰਦੀ ਇੱਥੇ ਫਰੀ ਕੁਝ ਨਹੀਂ ਮਿਲਦਾ ਆਨੇ ਲੱਗਦੇ ਨੇ ਆਨਾ ਹੈਗਾ ਤੇਰੇ ਕੋ ਉਹਨਾਂ ਆਖਿਆ ਆਨਾ ਤੇ ਮੇਰੇ ਕੋ ਕੋਈ ਨਹੀਂ ਅਜੇ ਗੱਲ ਬਾਤ ਹੀ ਕਰਦੇ ਸਨ ਕਿ ਅੱਖ ਦਾ ਆਨਾ ਅੱਖ ਕੱਢ ਕੇ ਹੱਥ ਤੇ ਰੱਖ ਕੇ ਫੜਾਉਣ ਲੱਗੇ ਕਿ ਭੈਣੇ ਆਹੀ ਮੇਰੇ ਕੋ ਲਾਨਾ ਇਹ ਲੈਲਾ ਮੈਨੂੰ ਅੱਗ ਦੇ ਦੇ ਉਹ ਬੜੀ ਹੈਰਾਨ ਹੋਈ ਕਿ ਇੰਨਾ ਜ਼ਿਆਦਾ ਕੋਈ ਆਪਣੇ ਗੁਰੂ ਨਾਲ ਪਿਆਰ ਕਰ ਸਕਦਾ ਹੈ ਕਿ ਆਪਣੇ ਸਰੀਰ ਦੀ ਤਨ ਦੀ ਪਰਵਾਹ ਨਹੀਂ ਕੀਤੀ ਅੱਖ ਹੀ ਕੱਢ ਦਿੱਤੀ ਹੈ ਉਹ ਕਹਿੰਦੀ ਸੰਤ ਜੀ ਲੈ ਜਾਓ ਮੈਨੂੰ ਮaaf ਕਰਿਓ ਮੈਂ ਤੇ ਉਦਾਂ ਹੀ ਗੱਲ ਕਰ ਦਿੱਤੀ ਅੱਗ ਲੈ ਕੇ ਆਏ ਅੱਖ ਬੰਨ ਲਈ ਪਾਣੀ ਗਰਮ ਕੀਤਾ ਇਸ਼ਨਾਨ ਕਰਾਇਆ ਜਦੋਂ ਇਸ਼ਨਾਨ ਪਾਣੀ ਕਰਾ ਕੇ ਪ੍ਰਸ਼ਾਦਾ ਪਾਣੀ ਛਕਾ ਕੇ ਸਾਹਮਣੇ ਬੈਠੇ ਗੁਰੂ ਦੇਵ ਕਹਿੰਦੇ ਨੇ ਫਰੀਦ ਆ ਅੱਖ ਨੂੰ ਪੱਟੀ ਕਿਉਂ ਬੱਧੀ ਹੋਈ ਐ ਕਹਿੰਦਾ ਮਹਾਰਾਜ ਅੱਖ ਆਈ ਹੋਈ ਐ ਕਹਿੰਦੇ ਫਿਰ ਖੋਲ ਦੇ ਪੱਟੀ ਆਈ ਐ ਜਦੋਂ ਅੱਖ ਤੋਂ ਪੱਟੀ ਖੋਲੀ ਤੇ ਬਾਬਾ ਫਰੀਦ ਜੀ ਦੀ ਅੱਖ ਉਦਾਂ ਹੀ ਸਲਾਮਤ ਸੀ ਬੰਦਾ ਗੁਰੂ ਦੀ ਸੇਵਾ ਕਰੇ ਸਹੀਂ ਤੇ ਸਤਗੁਰ ਜਿਹੜਾ ਨਾ ਉਹ ਗੁਰਮਖੋ ਸਤਗੁਰ ਫਰਮਾਉਂਦੇ ਨੇ ਜਗਤ ਮਜ਼ਦੂਰੀ ਦੇਤ ਹੈ ਕਿਉਂ ਰੱਖੈ ਭਗਵਾਨ ਦੁਨੀਆ ਮਜ਼ਦੂਰੀ ਦਿੰਦੀ ਹੈ ਕੰਮ ਕੀਤੇ ਦੀ ਤੇ ਗੁਰੂ ਜਿਹੜਾ ਨਾ ਉਹ ਸੇਵਾ ਕੀਤਾ ਦਾ ਜਿਹੜਾ ਵਿਜਾਨਾ ਉਹ ਰੱਖਦਾ ਨਹੀਂ ਤੇ ਸੇਵਾ ਦਾ ਗੁਰਮਖੋ ਐਦਾਂ ਦੀ ਚੀਜ਼ ਐ ਜੇ ਕੋਈ ਨਿਸ਼ਕਾਮ ਹੋ ਕੇ ਸੇਵਾ ਕਰੇ ਦੁਨੀਆਂ ਦੇ ਪਦਾਰਥਾਂ ਦੀ ਗੱਲ ਨਹੀਂ ਸਤਗੁਰ ਮੁਕਤੀ ਪ੍ਰਦਾਨ ਕਰ ਦੇਂਦਾ ਜਨਮ ਮਰਨ ਕੱਟਿਆ ਜਾਂਦਾ ਆਉਣਾ ਜਾਣਾ ਮਿਟ ਜਾਂਦਾ ਗੁਰੂ ਵਿੱਚ ਅਭੇਦਤਾ ਮਿਲ ਜਾਂਦੀ ਐ ਸੇਵਾ ਕਰਨ ਦੇ ਨਾਲ ਭਾਈ ਲੈਹਣੇ ਨੇ ਸੇਵਾ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ ਹੁਕਮ ਮੰਨ ਕੇ ਬਚਨ ਮੰਨ ਕੇ ਸੇਵਾ ਕੀਤੀ ਹੈਗੀ ਉਹਦਾ ਔਖੀ ਐ ਤੀਜੇ ਪਾਤਸ਼ਾਹ ਫਰਮਾਉਂਦੇ ਨੇ ਕਹਿੰਦੇ ਸਤ ਗੁਰ ਕੀ ਸੇਵਾ ਗਖੜੀ ਸਿਰ ਦੀ ਜਾ ਆ ਭਗਵਾਨ ਗਖੜੀ ਦਾ ਮਤਲਬ ਹੁੰਦਾ ਔਖੀ ਗੁਰੂ ਦੀ ਸੇਵਾ ਔਖੀ ਹੈ ਕਿਦਾਂ ਸਿਰ ਦੇਣਾ ਪੈਂਦਾ ਆਪਣਾ ਆਪਾ ਗਵਾਉਣਾ ਪੈਂਦਾ ਸ਼ਬਦ ਮਰਾ ਫਿਰ ਨਾ ਮਰੇ ਸੇਵਾ ਪਵੇ ਸਭ ਥਾਈ ਹਸਤੀ ਸਿਰ ਜਿਉ ਅੰਕਸੁ ਹੈ ਅਹਰਨ ਜਿਉ ਸਿਰ ਦੇ ਜਿੱਦਾਂ ਹਾਥੀ ਦੇ ਸਿਰ ਤੇ ਕੁੰਡਾ ਵੱਜਦਾ ਜਿੱਦਾਂ ਅਹਰਨ ਤੇ ਲੋਹਾਰ ਲੋਹਾ ਕੁੱਟਦਾ ਉਹਦੇ ਵਾਂਗੂ ਕਹਿੰਦੇ ਆਪਣੇ ਮਨ ਨੂੰ ਬਣਾ ਸੱਟਾਂ ਚੋਟਾਂ ਜਿੰਨੀਆਂ ਮਰਜ਼ੀ ਵੱਜਣ ਤਨ ਮਨ ਆ ਗੈਰ ਰੱਖ ਕੇ ਉਬੀ ਸੇਵ ਕਰੇ ਐਦਾਂ ਗੁਰੂ ਦੇ ਅੱਗੇ ਤਨ ਮਨ ਆਪਣਾ ਨਿਸ਼ਾਵਰ ਕਰ ਦੇ ਐਦਾਂ ਦੀ ਸੇਵਾ ਕਰ ਸਤਗੁਰ ਦੇ ਚਰਨਾਂ ਦੇ ਵਿੱਚ ਰਹਿ ਕੇ ਗੁਰ ਕੀ ਸੇਵਾ ਕਰ ਪਿਰਾ ਜਿਉ ਹਰ ਨਾਮ ਧਿਆਏ ਸਤਗੁਰ ਪਰਮਾਉਂਦੇ ਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਸੰਤ ਕੰਧਾਰਾ ਸਿੰਘ ਸੇਵਾ ਕਰਦੇ ਸਨ ਸੰਤ ਕੰਧਾਰਾ ਸਿੰਘ ਲੰਗਰੀ ਵੀ ਸਨ ਸਤਗੁਰਾਂ ਦੇ ਗੁਰੂ ਘਰ ਦੇ ਸੇਵਕ ਸਨ ਸਤਗੁਰਾਂ ਨੂੰ ਇਸ਼ਨਾਨ ਵੀ ਕਰਾਉਣਾ ਪ੍ਰਸ਼ਾਦਾ ਪਾਣੀ ਬਣਾਉਣਾ ਸ਼ਿਰਦਾਈ ਸਿਕਾਉਣੀ ਜੋ ਸਤਗੁਰਾਂ ਦਾ ਮਨ ਰਜਾ ਹੁੰਦੀ ਇੱਕ ਦਿਨ ਸੱਚੇ ਪਾਤਸ਼ਾਹ ਬਾਹਰ ਸੱਚੇ ਪਾਤਸ਼ਾਹ ਗੁਰੂ ਹਰੀ ਸਿੰਘ ਜੀ ਇਕਾਂਤ ਵਿੱਚ ਜਾਂਦੇ ਸਨ ਬਾਹਰ ਇੱਥੇ ਭੈਣੀ ਸਾਹਿਬ ਦੇ ਲਾਗੇ ਬੰਨੇ ਰੇਤਾ ਦੇ ਟਿੱਬੇ ਹੁੰਦੇ ਸੀ ਬੜੇ ਬੜੇ ਵੱਡੇ ਕਈ ਕਈ ਵਾਰ ਸਤਿਗੁਰਾਂ ਨੇ ਟਿੱਬਿਆਂ 'ਚ ਬਹਿ ਜਾਣਾ ਕਿੰਨੀ ਕਿੰਨੀ ਰੇਤਾ ਉੱਤੇ ਚੜ੍ਹ ਜਾਣੀ ਗੁਰੂ ਅਰਿ ਸਿੰਘ ਜੀ ਬਾਹਰ ਟਿੱਬਿਆਂ 'ਚ ਭਜਨ ਕਰਨ ਗਏ ਸਿਮਰਨ ਕਰਨ ਨਾਮ ਜਪਣ ਵਾਸਤੇ ਇਕਾਂਤ ਵਿੱਚ ਇਕੱਲੇ ਬੈਠ ਕੇ ਤੇ ਸੰਤ ਕੰਧਾਰਾ ਸਿੰਘ ਨੂੰ ਕਹਿਣ ਲੱਗੇ ਕੰਧਾਰਾ ਸਿਆ ਆ ਦੁਪਹਿਰ ਵੇਲੇ ਸ਼ਰਦਾਈ ਬਣਾ ਕੇ ਲਿਆ ਆਵੇਂ ਕਹਿੰਦਾ ਜੀ ਸਤ ਬਚਨ ਜਦੋਂ ਨੇ ਵੇਖਿਆ ਵੀ ਸਮਾਂ ਹੋ ਗਿਆ ਦੁਪਹਿਰਾ ਹੋ ਗਈਆਂ ਸਤਗੁਰੂ ਜੀ ਬੈਠੇ ਹੋਣੇ ਆ ਪਿਆਸ ਲੱਗੀ ਹੋਏਗੀ ਮੈਂ ਸ਼ਰਦਾਈ ਬਣਾਵਾ ਸ਼ਰਦਾਈ ਰਗੜੀ ਛਾਣਾ ਲਾਇਆ ਪਾਂਡਾ ਧੋ ਕੇ ਸ਼ਰਦਾਈ ਪਾ ਕੇ ਅਜੇ ਗੜਵੇ ਚ ਲੈ ਕੇ ਚੱਲੇ ਬਾਹਰ ਨਿਕਲੇ ਡਿਉੜੀ ਤੋਂ ਤੇ ਅੱਗੋਂ ਸਿੱਖ ਆ ਗਏ ਕੰਮ ਕਰਦੇ ਸੇਵਾ ਕਰਦੇ ਸੰਤ ਕੰਧਾਰਾ ਸਿੰਘ ਨੂੰ ਕਹਿੰਦੇ ਸੰਤ ਜੀ ਜਲ ਛਕਣਾ ਸੀ ਉਹ ਕਹਿੰਦੇ ਜੀ ਸ਼ਰਦਾਈ ਪੀ ਲਓ ਸ਼ਰਦਾਈ ਪਿਆ ਦਿੱਤੀ ਦੂਜੀ ਵਾਰ ਫੇਰ ਰਗੜੀ ਸ਼ਰਦਾਈ ਰਗੜ ਕੇ ਛਾਣਾ ਲਾ ਕੇ ਗੜ ਵਿੱਚ ਪਾ ਕੇ ਲੈ ਕੇ ਚੱਲੇ ਅਜੇ ਥੋੜੀ ਦੂਰ ਗਏ ਤੇ ਬਾਹਰੋਂ ਸਿੱਖ ਆਏ ਦਰਸ਼ਨ ਕਰਨ ਸਤਿਗੁਰਾਂ ਦੇ ਤੇ ਉਹਨਾਂ ਨੂੰ ਦੂਰੋਂ ਤੁਰ ਕੇ ਆਉਂਦੇ ਸਨ ਪਿਆਸੇ ਤੇ ਹੁੰਦੇ ਹੀ ਸਨ ਸੰਤਾ ਨੇ ਦੂਜੀ ਵਾਰ ਉਹਨਾਂ ਨੂੰ ਛਕਾ ਦਿੱਤੀ ਤੀਜੀ ਵਾਰ ਫੇਰ ਰਗੜੀ ਫੇਰ ਕੋਈ ਸਿੱਖ ਮਿਲ ਗਿਆ ਆਉਂਦਾ ਜਾਂਦਾ ਉਹਨੇ ਆਖਿਆ ਜੀ ਜਲ ਛਕਣਾ ਸੰਤ ਜੀ ਲੰਗਦੀ ਸਨ ਸਾਰੇ ਜਾਣਦੇ ਸਨ ਉਹਨਾਂ ਨੂੰ ਛਕਾ ਦਿੱਤੀ 6 ਵਾਰ ਸ਼ਰਦਾਈ ਰਗੜੀ ਤੇ 6 ਵਾਰ ਹੀ ਸਿੱਖਾਂ ਨੂੰ ਛਕਾ ਦਿੱਤੀ ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਾਇਓ ਕਿ ਸੇਵਾ ਕਰ ਕਰਕੇ ਕਰ ਕਰਕੇ ਸੰਤ ਕੰਧਾਰਾ ਸਿੰਘ ਉਹਨਾਂ ਦਾ ਮਨ ਕਿੱਡਾ ਨਿਰਮਲ ਹੋ ਗਿਆ ਹੋਵੇਗਾ ਮਨ ਕਿੰਨਾ ਜ਼ਿਆਦਾ ਮਲ ਤੋਂ ਰਹਿਤ ਹੈ ਜਿਹਦੇ ਵਿੱਚ ਗੁਰੂ ਤੋਂ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ ਇਨਾ ਮਨ ਨਿਰਮਲ ਹੋ ਗਿਆ ਕਿ ਜਿੱਥੇ ਵੀ ਕਿਤੇ ਕੋਈ ਗੁਰੂ ਦਾ ਸਿੱਖ ਦਿਸਦਾ ਉਹਦੇ ਵਿੱਚੋਂ ਸਤਗੁਰ ਦਾ ਹੀ دیدار ਹੁੰਦਾ ਇਹ ਗੁਰਮਖੋ ਸੇਵਾ ਕਰਨ ਦੀ ਸਫਲਤਾ ਹੁੰਦੀ ਹੈ ਜਦੋਂ ਬੰਦਾ ਸੇਵਾ ਕਰਦਾ ਨਾ ਸੇਵਾ ਕਰਦੇ ਆ ਕਰਦੇ ਆ ਕਰ ਕਰਕੇ ਮਨ ਦੀ ਮੈਲ ਲੈ ਜਾਂਦੀ ਏ ਤੇ ਜਦੋਂ ਮਨ ਦੀ ਮੈਲ ਲੈ ਜਾਏ ਜਦੋਂ ਸੀਸੇ ਤੋਂ ਮੈਲ ਪਰੇ ਹਟਾ ਦਈਏ ਤੇ ਥੱਲਿਓ ਆਪਣਾ ਚਿਹਰਾ ਨਜ਼ਰ ਆਉਂਦਾ ਨਾ ਜਦੋਂ ਮਨ ਦੀ ਮੈਲ ਲੈ ਜਾਏ ਉਹਦੇ ਵਿੱਚੋਂ ਜਦੋਂ ਆਤਮਾ ਦਾ ਦੀਦਾਰ ਹੁੰਦਾ ਸ਼ਾਕਸ਼ਾਤ ਪਰਮੇਸ਼ਰ ਨਜ਼ਰ ਆ ਜਾਂਦਾ ਤੇ ਜਦੋਂ ਅੰਦਰੋਂ ਨਜ਼ਰ ਆ ਜਾਏ ਤੇ ਫੇਰ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਣਾ ਕੋ ਬੋਲੇ ਰੇ ਇਕਲ ਮਾਟੀ ਕੁੰਚਰ ਚਿੰਟੀ ਪਾਂਜਨ ਹੈ ਬਹੁ ਨਾਨਾ ਰੇ ਪਾਇ ਕਨਈਏ ਦਾ ਮਨ ਵੀ ਇਦਾਂ ਹੀ ਗੁਰਮਖੋ ਸੇਵਾ ਕਰ ਕਰਕੇ ਨਿਰਮਲ ਹੋ ਗਿਆ ਸੀ ਜੇ ਕੋਈ ਮੁਸਲਮਾਨ ਪਾਣੀ ਮੰਗਦਾ ਉਹਨੂੰ ਪਿਆ ਦੇਂਦੇ ਸਿੱਖ ਮੰਗਦਾ ਪਿਆ ਦੇਂਦੇ ਸਿੱਖਾਂ ਨੇ ਜਾ ਕੇ ਸ਼ਿਕਾਇਤ ਲਾ ਦਿੱਤੀ ਸੱਚੇ ਪਾਤਸ਼ਾਹ ਤਵਾਡਾ ਸਿੱਖ ਵੈਰੀਆਂ ਦੁਸ਼ਮਣਾਂ ਨਾਲ ਮਿਲ ਗਿਆ ਉਹ ਤੇ ਵੈਰੀਆਂ ਨੂੰ ਪਾਣੀ ਪਿਆ ਕੇ ਲੜਨ ਲਈ ਤਿਆਰ ਕਰੀ ਜਾਂਦਾ ਬੁਲਾਇਆ ਗਿਆ ਭਾਈ ਕਨਈਏ ਨੂੰ ਭਾਈ ਕਨਈਆ ਹਾਜ਼ਰ ਹੋ ਗਲ ਪੱਲਾ ਪਾ ਕੇ ਆਇਆ ਸੱਚੇ ਪਾਤਸ਼ਾਹ ਕਹਿੰਦੇ ਤੂੰ ਵੈਰੀਆਂ ਨੂੰ ਪਾਣੀ ਪਿਆਉਣਾ ਦੁਸ਼ਮਣਾਂ ਨੂੰ ਤੇਰੀ ਸ਼ਿਕਾਇਤ ਆਈ ਏ ਰੋ ਪਿਆ ਗਲ ਪੱਲਾ ਪਾ ਕੇ ਨਹੀਂ ਮਹਾਰਾਜ ਮੈਂ ਕਿਸੇ ਵੈਰੀ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ ਮੈਂ ਜਿੱਦੇ ਚੋਆ ਪਾਣੀ ਤੇਰਾ ਮੂੰਹ ਦਿਸੇ ਤੇ ਕਿਸੇ ਗੈਰ ਦੇ ਮੂੰਹ ਵਿੱਚ ਪਾਇਾਈ ਨਹੀਂ ਮੈਂ ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ ਤੇ ਤੈਨੇ ਦੁਈ ਦਾ ਪਾਠ ਪੜਾਇਆ ਹੀ ਨਹੀਂ ਇੱਕ ਹੱਥ ਖੰਡਾ ਤੇ ਇੱਕ ਹੱਥ ਅੰਮ੍ਰਿਤ ਐਦਾਂ ਕਿਸੇ ਨੇ ਹੋਰ ਪਿਆਇਆ ਹੀ ਨਹੀਂ ਗਰੀਬ ਨਵਾਜ਼ ਮੈਂ ਤੈਨੂੰ ਹੀ ਪਾਣੀ ਪਿਉਣਾ ਤੂੰ ਹੀ ਮੈਨੂੰ ਲੱਗੇ ਪਿਆਸਾ ਤੂੰ ਹੀ ਤੇ ਜਲ ਛਕਾਉਣਾ ਸਤਗੁਰਾਂ ਨੇ ਕੁੱਟ ਕੇ ਗਲਨਾ ਲਾ ਲਿਆ ਪਾਈ ਕਨਈਆ ਤੇਰੀ ਸੇਵਾ ਪਰਵਾਨ ਹੋ ਗਈ ਥਾਇ ਪੈ ਗਈ ਆ ਮਲਮਵੀ ਨਾਲ ਲਗਾਇਆ ਕਰ ਪਾਈ ਕਨਈਆ ਤੂੰ ਗੁਰੂ ਚ ਹੀ ਅਪੇਦ ਹੋ ਗਿਆਂ ਮੰਜ਼ਲ ਤੇ ਪਹੁੰਚ ਗਿਆਂ ਸਿੱਖੀ ਦੇ ਭੇਦ ਨੂੰ ਪਾ ਲਿਆ ਸੇਵਾ ਕਰ ਕਰਕੇ ਤੇਰਾ ਮਨ ਨਿਰਮਲ ਇਨਾ ਹੋ ਗਿਆ ਜਿਵੇਂ ਭਗਤ ਕਬੀਰ ਜੀ ਪਰਮਾਉਂਦੇ ਨੇ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਬਾਦਸ਼ਾਹ ਲੱਗੋ ਹਰ ਫਿਰੈ ਕਹਤ ਕਬੀਰ ਕਬੀਰ ਸੰਤ ਕੰਧਾਰਾ ਸਿੰਘ ਆਉਣੀ ਜਦੋਂ ਸ਼ਰਦਾਈ ਲੈ ਕੇ ਚੱਲੇ ਸ਼ਾਮਾਂ ਪੈ ਗਈਆਂ ਗੁਰੂ ਹਰੀ ਸਿੰਘ ਜੀ ਅੱਗੋਂ ਚੱਲੇ ਆਉਂਦੇ ਸਨ ਸੰਤ ਕੰਧਾਰਾ ਸਿੰਘ ਆਉਣੀ ਰੋ ਪਏ ਸੱਚੇ ਬਾਦਸ਼ਾਹ ਮੈਨੂੰ ਮਾਫ਼ ਕਰ ਦਿਓ ਮੈਂ ਅੱਜ ਸੇਵਾ ਨਹੀਂ ਕਰ ਸਕਿਆ ਸ਼ਰਦਾਈ ਨਹੀਂ ਪਿਆ ਸਕਿਆ ਗੁਰੂ ਹਰੀ ਸਿੰਘ ਜੀ ਨੇ ਘੁੱਟ ਕੇ ਗੱਲ ਨਾ ਲਾ ਲਿਆ ਕਹਿਣ ਲੱਗੇ ਸੰਤ ਜੀ ਕੰਧਾਰਾ ਸਿਆਂ ਜਿੱਦਾਂ ਅੱਜ ਤੋਂ ਸੇਵਾ ਕੀਤੀ ਸ਼ਰਦਾਈ ਸ਼ਿਕਾਈ ਹੈ ਨਾ ਮੈਂ ਆਪਣੇ ਜੀਵਨ ਵਿੱਚ ਕਦੇ ਇਦਾਂ ਦੀ ਸ਼ਰਦਾਈ ਨਹੀਂ ਸ਼ਕੀ ਇਹ ਗੁਰੂ ਦੀਆਂ ਰਮਜਾਂ ਸੀ ਸਤਗੁਰਾਂ ਵਰ ਦਿੱਤਾ ਕਿ ਕੱਲੇ ਕੰਧਾਰਾ ਸਿੰਘ ਦਾ ਜਿਹੜਾ ਦਰਸ਼ਨ ਕਰੇਗਾ ਨਾ ਇੱਕ 100 ਸਿੱਖ ਦੇ ਦਰਸ਼ਨ ਕਰਨ ਦੇ ਬਰਾਬਰ ਹੈ ਸੇਵਾ ਕਰ ਕਰਕੇ ਸਾਹਿਬ ਵਰਮਾਉਂਦੇ ਨੇ ਕਹਿੰਦੇ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਪੰਨੇ ਓ ਸੇਵਾ ਸਫਲ ਜੇਤੇ ਗੁਰੂ ਦਾ ਮਨ ਰੀਜੇ ਸਤਗੁਰ ਦਾ ਮਨ ਮੰਨ ਜਾਵੇ ਸੰਤਾਂ ਦਾ ਸੰਤ ਗੁਰਬਚਨ ਸਿੰਘ ਹੋਣਾ ਦਾ ਇਹ ਹਿਸਾਬ ਸੀ ਜਿੱਦਾਂ ਸਤਗੁਰਾਂ ਨੇ ਹੁਕਮ ਕੀਤਾ ਜੇ ਭੈਣੀ ਸਾਹਿਬ ਲਿਆ ਕੇ ਗਉਆਂ ਦੀ ਸੇਵਾ ਤੇ ਲਾਇਆ ਤੇ ਸਤਬਚਨ ਕਹਿ ਕੇ ਸੇਵਾ ਕੀਤੀ ਜਦੋਂ ਭੈਣੀ ਸਾਹਿਬ ਆਏ ਤੇ ਰਾਇਆਂ ਬਾਗ ਲੱਗਦੇ ਸਨ 베ਰੀਆਂ ਦੇ ਕਿਨੂਆਂ ਦੇ ਆ ਜਿਹੜੀ ਰਾਇਆਂ ਦੀ ਜ਼ਮੀਨ ਦੇ ਵਿੱਚ ਜਿੱਤੇ ਹੁਣ ਆਪਣਾ ਭਾਰਮ ਹੈ ਸਤਗੁਰੂ ਜੀ ਦਾ ਉਥੇ ਬਹੁਤ ਜ਼ਿਆਦੀ ਸੇਵਾ ਕੀਤੀ ਉਹ ਸੇਵਾ ਦੀ ਡਿਊਟੀ ਜ਼ਿੰਮੇਵਾਰ ਵੀ ਸੰਤਾਂ ਦੇ ਕੋਲ ਜ਼ਿੰਮੇਵਾਰੀ ਰਹੀ ਬੜੀ ਤਨਦੇਹੀ ਦੇ ਨਾਲ ਉਹ ਵੀ ਸੇਵਾ ਕਰਦੇ ਰਹੇ ਜਿਆਦਾ ਚਿਰ ਸੰਤਾਂ ਦਾ ਸਮਾਂ ਬੀਤਿਆ ਮਾਤਾ ਜੀ ਦੇ ਚਰਨਾਂ ਵਿੱਚ ਇਹ ਇਲਾਕੇ ਦੀਆਂ ਜਿੰਨੀਆਂ ਵੀ ਜ਼ਮੀਨਾਂ ਖਰੀਦੀਆਂ ਜਾਂਦੀਆਂ ਸਨ ਤੇ ਉਹਨਾਂ ਲੋਕਾਂ ਦੇ ਵਿੱਚ ਤੇ ਗੁਰੂ ਘਰ ਵਿੱਚ ਸੰਪਰਕ ਸੂਤਰ ਸਨ ਸੰਤ ਜੀ ਇਲਾਕੇ 'ਚ ਬੜੀ ਜਾਣ ਪਹਿਚਾਨ ਸੀ ਸਾਰਿਆਂ ਨੂੰ ਪ੍ਰੇਰਣਾ ਜੇ ਕੋਈ ਜ਼ਮੀਨ ਗੁਰੂ ਘਰ ਵਾਸਤੇ ਜ਼ਰੂਰੀ ਲੈਣੀ ਹੁੰਦੀ ਚਾਹੀਦੀ ਹੁੰਦੀ ਤੇ ਸੰਤਾਂ ਦੀ ਗੁਰਮਖੋ ਡਿਊਟੀ ਸੀ ਸੰਤ ਗੁਰਬਚਨ ਸਿੰਘ ਹੋਣੀ ਇਹ ਕਾਰਜ ਕਰਦੇ ਤੇ ਜਿੰਨੇ ਵੀ ਕੰਮ ਫਿਰ ਕਚਹਿਰੀਆਂ ਦੇ ਗੁਰੂ ਕਰਦੇ ਜਾਂ ਹੋਰ ਵੀ ਕੋਈ ਸਿੱਖ ਆਣ ਕੇ ਆਖਦਾ ਸੰਤ ਜੀ ਆ ਮੇਰਾ ਕੰਮ ਆ ਮੈਨੂੰ ਪਤਾ ਨਹੀਂ ਲੱਗਦਾ ਕਿਵੇਂ ਹੁਣਾ ਤੇ ਚੁੱਪ ਕਰਕੇ ਬਿਨਾ ਸਵਾਲ ਕੀਤੇ ਆ ਉਹਦੇ ਨਾਲ ਤੁਰ ਪੈਂਦੇ ਗੁਰੂ ਕਰਦੀ ਜਿਵੇਂ ਮੈਂ ਗੁਰਮਖੋ ਬੇਨਤੀ ਕਰਦਾ ਪਿਆ ਕਿ ਇਸ ਤਰੀਕੇ ਦੇ ਨਾਲ ਤਨ ਮਨ ਗੁਰੂ ਦੇ ਅੱਗੇ ਸੌਂਪ ਕੇ ਸੇਵਾ ਕੀਤੀ ਭਗਤ ਕਬੀਰ ਜੀ ਦਾ ਬਚਨ ਹੈ ਕਬੀਰ ਜੈਸੀ ਉਪਜੀ ਪੇੜ ਤੈ ਜੋ ਤੈਸੀ ਨਿਭ ਹੈ ਓੜ ਹੀਰਾ ਕਿਸ ਕਾ ਬਾਪੜਾ ਪੁਜੇ ਨਾ ਰਤਨ ਕਰੋੜ ਜਿੱਦਾਂ ਦੀ ਗੁਰੂ ਚਰਨਾਂ ਦੇ ਨਾਲ ਪ੍ਰੀਤ ਗੁਰਮਖੋ ਲੱਗੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਲੋਦਾ ਹੀ ਇੱਕ ਰਸ ਪ੍ਰੀਤ ਪ੍ਰੇਮ ਰਿਆ ਸਤਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਉਸੇ ਤਰ੍ਹਾਂ ਪ੍ਰੇਮ ਰਿਆ ਭੈਣੀ ਸਾਹਿਬ ਦੇ ਵਿੱਚ ਸਿੱਖ ਘਟ ਹੁੰਦੇ ਸਨ ਐਨੀ ਸੰਗਤ ਨਹੀਂ ਸੀ ਹੁੰਦੀ ਤੇ ਜਦੋਂ ਕਿਤੇ ਬਾਹਰ ਜਾਂਦੇ ਸੱਚੇ ਪਾਤਸ਼ਾਹ ਦੌਰਿਆਂ ਤੇ ਮਾਤਾ ਜੀ ਬਾਹਰ ਜਾਂਦੇ ਤੇ ਸੰਤਾਂ ਦੀ ਡਿਊਟੀ ਹੁੰਦੀ ਸੀ ਪੈਣੀ ਸਾਹਿਬ ਦਾ ਖਿਆਲ ਰੱਖਣਾ ਸਾਂਭ ਸੰਭਾਲ ਤੇ ਖਾਸ ਕਰਕੇ ਕੋਠੀ ਵਿੱਚ ਬਿਰਾਜਿਆ ਸੌਆਂ ਕਰਦੇ ਸਨ ਸੱਚੇ ਪਾਤਸ਼ਾਹ ਕਹਿ ਕੇ ਜਾਂਦੇ ਸਨ ਕਿ ਪਿੱਛੋਂ ਖਿਆਲ ਤੁਸੀਂ ਰੱਖਣਾ ਇੱਕ ਇਤਬਾਰ ਇੱਕ ਭਰੋਸਾ ਯਕੀਨ ਤੇ ਸਤਗੁਰਾਂ ਦੇ ਨਾਲ ਗੁਰਮਖੋ ਅੰਦਰੋਂ ਪਿਆਰ ਸਨੇਹ ਜੁੜਾਵ ਜਿਹੜਾ ਜੁੜੇ ਹੋਏ ਸੀ ਜਿੱਦਾਂ ਦੀ ਪ੍ਰੀਤ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਚਰਣਾ ਨਾਲ ਸੀ ਉਸੇ ਤਰ੍ਹਾਂ ਦਾ ਪਿਆਰ ਸਤਗੁਰੂ ਉਹਦੇ ਸਿੰਘ ਸੱਚੇ ਪਾਤਸ਼ਾਹ ਦੇ ਚਰਣਾ ਨਾਲ ਨਿਭਾ ਕੇ ਉਹ ਗੁਰੂ ਚਰਣਾ ਵਿੱਚ ਜਾ ਬਿਰਾਜੇ ਨੇ ਜਾਣਾ ਗੁਰਮਖੋ ਸਭ ਨੇ ਪਰ ਕੋਈ ਵਿਰਲੇ ਵਿਰਲੇ ਗੁਰਮਖ ਹੁੰਦੇ ਨੇ ਜਿਹੜੇ ਤਨ ਮਨ ਆਪਣਾ ਗੁਰੂ ਨੂੰ ਸੌਂਪ ਕੇ ਜਨਮ ਮੈਂ ਆਪਣਾ ਸਫਲਾ ਕਰਕੇ ਇਸ ਸੰਸਾਰ ਤੋਂ ਜਾਂਦੇ ਹਨ ਸੋ ਅਸੀਂ ਇਹ ਗੱਲ ਕਹਿ ਸਕਦੇ ਹਾਂ ਜਿਵੇਂ ਪੰਜਵੇਂ ਪਾਤਸ਼ਾਹ ਦਾ ਬਚਨ ਹੈ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿ ਉਚੀਤ ਜੀਂਦੇ ਜੀ ਸੇਵਾ ਕੀਤੀ ਤੇ ਜਾਂਦਿਆਂ ਹੋਇਆਂ ਵੀ ਗੁਰੂ ਨੂੰ ਹਿਰਦੇ 'ਚ ਵਸਾ ਕੇ ਆਪਣਾ ਜੀਵਨ ਗੁਰਮਖੋ ਸਫਲਾ ਕਰਕੇ ਗੁਰੂ ਚਰਣਾ ਚ ਜਾ ਬਿਰਾਜੇ ਨੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਆਓ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਪਰਿਵਾਰ ਨੂੰ ਗੁਰਸਿੱਖੀ ਜੀਵਨ ਬਖਸ਼ਣ ਪਾਣਾ ਮੰਨਣ ਦਾ ਬਲ ਬਖਸ਼ਣ ਸੰਤਾਂ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਣ ਸਭ ਇੱਕ ਵਾਰ ਬੜੇ ਪ੍ਰੇਮ ਨਾਲ ਆਖੋ ਧੰਸ੍ਰੀ ਸਤਗੁਰੂ ਉਹਦੇ ਸਿੰਘ ਸੱਚੇ ਪਾਤਸ਼ਾਹ